ਸਸ਼ਿਕਾ ਲੋਕ ਰਣ ਚੈਨਲ ਪੰਜਾਬੀ ਦੇ ਪ੍ਰੋਗਰਾਮ ਸਿੱਧੇ ਸਵਾਲ ਦੇ ਵਿੱਚ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸਿਆਸੀ ਮਾਹਿਰ ਡਾਕਟਰ ਪਿਆਰੇ لال ਗਰਗ ਗਰਗ ਸਾਹਿਬ ਜੀ ਆਇਆਂ ਸ਼ੁਕਰੀਆ ਜੀ ਬਾਬਾ ਗਰਗ ਸਾਹਿਬ ਤੁਸੀਂ ਅਕਸਰ ਆਪਣੇ ਇੰਟਰਵਿਊਸ ਤੇ ਅਖਬਾਰਾਂ ਆਪਣੇ ਆਰਟੀਕਲਾਂ ਜਰੀਏ ਬੜੇ ਜੋ ਸੈਂਸਿਟਿਵ ਇਸ਼ੂ ਨੇ ਜਿੱਥੇ ਜੋ ਬੁਰਾਈਆਂ ਦੀ ਜੜ ਪਈ ਹੈ ਤੁਸੀਂ ਉਹਨਾਂ ਨੂੰ ਟੱਚ ਚ ਕਰਦੇ ਹੋ ਨਹੀਂ ਤਾਂ ਲਗਾਤਾਰ ਸਾਰਾ ਮਾਹੌਲ ਸਿਆਸੀ ਹੀ ਬਣਿਆ ਪਿਆ ਇਸ ਸਿਆਸਤ ਦੇ ਝੋਕੇ ਦੇ ਵਿੱਚੋਂ ਜੋ ਉਹ ਉਹ ਸਮਾਜਿਕ ਬੁਰਾਈਆਂ ਨੇ ਜਾਂ ਪਾਵੇਂ ਕਿਸਾਨੀ ਅੰਦੋਲਨ ਖੜਾ ਹੋਇਆ ਉਹ ਕਾਰਪੋਰੇਟ ਦੇ ਉੱਤੇ ਗੱਲ ਚੱਲੀ ਕਾਰਪੋਰੇਟ ਕਿਵੇਂ ਕਬਜ਼ੇ ਚ ਕਰਦਾ ਜਾ ਰਿਹਾ ਹਰ ਇੱਕ ਚੀਜ਼ ਨੂੰ ਤੁਸੀਂ ਲਗਾਤਾਰ ਉਸ ਤੇ ਗੱਲ ਕਰਦੇ ਹੋ ਪਿਛਲੇ ਦਿਨ ਤੁਸੀਂ ਬੀਜ ਮਾਲਕੀ ਦਾ ਮਾਮਲਾ ਪੰਜਾਬੀ ਟ੍ਰਿਬਿਊਨ ਦੇ ਅਖਬਾਰ ਦੇ ਵਿੱਚ ਲਿਖ ਕੇ ਉਠਾਇਆ ਸੀ ਉਸ ਤੋਂ ਪਹਿਲਾਂ ਤੁਸੀਂ ਆਪਣੇ ਇੰਟਰਵਿਊਜ਼ ਦੇ ਵਿੱਚ ਇਹ ਗੱਲ ਰੱਖਦੇ ਹੋ ਬੜਾ ਇਹ ਗੰਭੀਰ ਸੈਂਸਿਟਿਵ ਇੱਕ ਇਸ਼ੂ ਹੈ ਜਿਹਨੂੰ ਸਮਝਣ ਦੀ ਸਮਝਾਉਣ ਦੀ ਲੋਕਾਂ ਨੂੰ ਲੋੜ ਹੈ ਕਿ ਅਸਲ ਦੇ ਵਿੱਚ ਜੜ ਕਿੱਥੇ ਪਈ ਹੈ ਥੋੜੀ ਜੜਾਂ ਤੇ ਹਮਲਾ ਕਿਵੇਂ ਹੋ ਰਿਹਾ ਖਾਸ ਕਰਕੇ ਕਿਸਾਨੀ ਨਾਲ ਸੰਬੰਧਤ ਬੀਜ ਤੁਸੀਂ ਬੜਾ ਸੋਹਣੀ ਤਰਕ ਦਿੱਤੇ 2019 ਦਾ ਤੁਸੀਂ ਜੇਕਰ ਕੀਤਾ ਡਾਕਟਰ ਸਾਹਿਬ ਅੱਜ ਅਸੀਂ ਇਸ ਇੰਟਰਵਿਊ ਦੇ ਜ਼ਰੀਏ ਲੋਕਾਂ ਨੂੰ ਸਮਝਾਉਣ ਦਾ ਯਤਨ ਕਰਾਂਗੇ ਕਿ ਥੋੜੀਆਂ ਜੜਾਂ ਤੇ ਥੋੜੀ ਕਿਸਾਨੀ ਦੀ ਜੜਾਂ ਤੇ ਆਖਰ ਕੋਝੀਆਂ ਹਰਕਤਾਂ ਕਾਰਪੋਰੇਟ ਦੇ ਜੋ ਹਮਲੇ ਨੇ ਆਖਰ ਉਹ ਹਮਲੇ ਹੋ ਕਿਵੇਂ-ਕਿਵੇਂ ਰਹੇ ਨੇ ਕਿਹੜੇ-ਕਿਹੜੇ ਰੂਪ ਦੇ ਵਿੱਚ ਹਮਲੇ ਹੋ ਰਹੇ ਨੇ ਡਾਕਟਰ ਸਾਹਿਬ ਜਮਾਲਕੀ ਦਾ ਮਾਮਲਾ ਜੀ ਪੰਗੋ ਸਰ ਬਿਲਕੁਲ ਠੀਕ ਹੈ ਤੁਸੀਂ ਵੀ ਜਿਹੜੀ ਸਾਡੀ ਜੜ ਹੈ ਖੇਤੀ ਕਿਰਤ ਕਿਰਤ ਦੇ ਨਾਲ ਹੀ ਖੇਤੀ ਜੁੜੀ ਹੈ ਖੇਤੀ ਦੇ ਨਾਲ ਕਿਰਤ ਜੁੜੀ ਹੈ ਉਹ ਸਾਡੀ ਕਿਰਤ ਦੇ ਉੱਤੇ ਹਮਲਾ ਕਰਕੇ ਸਾਨੂੰ ਕੁਝ ਇਸ ਤਰ੍ਹਾਂ ਦਾ ਜਿਵੇਂ ਕੋਈ ਪਰਜੀਵੀ ਜੈਸਾ ਕਹਿਤਾ ਵੈਸੇ ਮੁੱਦੀ ਨੇ ਤਵੀ ਪਰਜੀਵੀ ਨੇ ਅੰਦੋਲਨ ਪਰਜੀਵੀ ਕਹਿਤਾ ਅੰਦੋਲਨ ਜੀਵੀ ਕਹਿਤਾ ਸਾਨੂੰ ਪਰਜੀਵੀ ਬਣਾਉਣਾ ਚਾਹੁੰਦੇ ਨੇ ਬੰਦੇ ਤੋਂ ਬੰਦਾ ਨਹੀਂ ਰਹਿਣ ਦੇਣਾ ਚਾਹੁੰਦੇ ਜਿਹਦੇ ਵਿੱਚੋਂ ਵੱਡਾ ਹਮਲਾ ਖੇਤੀ ਤੇ ਹੈ ਪਹਿਲਾਂ ਵਪਾਰ ਤੇ ਹੋਰ ਤੇ ਬਥੇਰਾ ਕੁਝ ਕਰ ਚੁੱਕੇ ਨੇ ਤੇ ਚੱਲੀ ਜਾ ਰਹੇ ਨੇ ਉਹ ਖੇਤੀ ਤੇ ਹਮਲਾ ਕੀ ਹੈ ਖੇਤੀ ਤੇ ਹਮਲਾ ਇਹ ਹੈ ਕਿ ਜਿਹੜਾ ਕਾਰਪੋਰੇਟ ਹੈ ਚਾਹੇ ਉਹ ਦੇਸ਼ ਦਾ ਹੈ ਚਾਹੇ ਵਿਦੇਸ਼ ਦਾ ਹੈ ਇੱਥੇ ਮਨੀ ਲਾਨੀ ਨੇ ਬਾਹਰ ਮਨਸੈਂਟੋ ਵਗੈਰੇ ਤੇ ਬਾਹਰ ਵਰਗੀਆਂ ਫਰਮਾਂ ਨੇ ਵੱਡੀਆਂ ਕਾਰਪੋਰੇਟ ਨੇ ਉਹਨਾਂ ਦੀ ਇਹ ਕੋਸ਼ਿਸ਼ ਹੈ ਕਿ ਅਸੀਂ ਪੂਰੀ ਦੇ ਪੂਰੇ ਜਿਹੜੇ ਕੁਦਰਤੀ ਸਰੋਤ ਨੇ ਉਤਪਾਦਨ ਦੇ ਪੈਦਾਵਾਰੀ ਦੇ ਉਹ ਸਾਰੇ ਅਸੀਂ ਆਪਣੇ ਕਬਜ਼ੇ 'ਚ ਕਰ ਲੀਏ। ਉਹਨਾਂ ਤੇ ਉਤਪਾਦਨ ਵੀ ਅਸੀਂ ਆਪਣੇ ਤਰੀਕੇ ਨਾਲ ਕਰੀਏ ਤੇ ਉਹਦੀ ਵੇਚ-ਵਟਕ ਵੀ ਅੱਗੋਂ ਤੇ ਮਾਲ ਤਿਆਰ ਕਰਕੇ ਵੀ ਅਸੀਂ ਆਪਣੇ ਤਰੀਕੇ ਨਾਲ ਵੇਚੀਏ। ਇਹ ਉਹਨਾਂ ਦੀ ਇੱਕ ਕੋਸ਼ਿਸ਼ ਹੈ। ਉਸ ਕੋਸ਼ਿਸ਼ ਦੇ ਵਿੱਚ ਖੇਤੀ ਦਾ ਜਿਹੜਾ ਉਹਨਾਂ ਦਾ ਨਿਸ਼ਾਨਾ ਉਹ ਜ਼ਮੀਨਾਂ ਲੈਣੀਆਂ, ਬੀਜਾਂ ਦੇ ਉੱਤੇ ਕੰਟਰੋਲ ਕਰਨਾ, ਸਾਡੇ ਜਿਹੜੇ ਰਵਾਇਤੀ ਤੌਰ ਤਰੀਕੇ ਨੇ ਉਹਨਾਂ ਨੂੰ ਖਤਮ ਕਰਨਾ ਤੇ ਸਾਨੂੰ ਉਹਨਾਂ ਕੰਪਨੀਆਂ ਦੀਆਂ ਦਿਵਾਈਆਂ ਤੇ ਨਦੀਨ ਨਾਸ਼ਕ, ਕੀਟ ਨਾਸ਼ਕ ਤੇ ਨਿਰਮਲ ਬਣਾਉਣਾ। ਤਾਂ ਕਿ ਆਖਰਕਾਰ ਖੇਤੀ ਸਾਡਾ ਲਾਹੇਵੰਦਾ ਤੰਦਰ ਨਾ ਰਹੇ ਉਹਨਾਂ ਦੀਆਂ ਆਪਣੀਆਂ ਖਾਦਾਂ ਤੇ ਹੋਰਾਂ ਤੇ ਨਿਰਬਲ ਬਣਾਉਣਾ ਸੋ ਉਹਦੇ ਵਿੱਚ ਬੀਜ ਜਿਹੜਾ ਹੈ ਬੀਜ ਸਭ ਤੋਂ ਵੱਡੀ ਇੱਕ ਗੱਲ ਹੈ ਕਿ ਬੀਜ ਕਰਕੇ ਕਹਿੰਦੇ ਨੇ ਵੀ ਇਹਨੇ ਕਿਹੜਾ ਕਿਸੇ ਜੇ ਮੈਂ ਭੁੰਨੇ ਛੋਡੇ ਬੀਜੇ ਨੇ ਵੀ ਜਿਹੜੇ ਹਰੇ ਨਹੀਂ ਹੋਏ ਭੁੰਨੇ ਹੋਏ ਦਾਣਾ ਹਰਾ ਨਹੀਂ ਹੁੰਦਾ ਬੀਜ ਉਹ ਹੈ ਜਿਹੜਾ ਸ੍ਰਿਸ਼ਟੀ ਨੂੰ ਚੱਲਦਾ ਰੱਖਦਾ ਹੈ ਸ੍ਰਿਸ਼ਟੀ ਚੱਲ ਵੀ ਨਹੀਂ ਸਕਦੀ ਜੇ ਬੀਜ ਨਹੀਂ ਹੈ ਉਹਨਾਂ ਬੀਜਾਂ ਦੇ ਵਿੱਚ ਬੀਜਾਂ ਦੇ ਉੱਤੇ ਮਾਲਕੀ ਕਿ ਸਸਤੀ ਚੰਦੇ ਜਿਹੜੀ ਉਹ ਸਾਡੀ ਮਾਲਤੀ ਨਾਲ ਚੰਦੇ ਉਹ ਬੀਜ ਦੇ ਉੱਤੇ ਕਬਜ਼ਾ ਵੱਡੇ ਕਾਰਪੋਰੇਟ ਜਿਹੜੇ ਦੁਨੀਆ 'ਚ ਮਨਸੈਂਟਰ ਤੇ ਬਾਹਰ ਨੇ ਉਹ ਕਰਨਾ ਚਾਹੁੰਦੇ ਨੇ ਇੱਥੋਂ ਦਾ ਕਾਰਪੋਰੇਟ ਉਹਨਾਂ ਨਾਲ ਟੜਿਆ ਹੋਇਆ ਹੈ ਉਹਨਾਂ ਨੇ ਪਹਿਲਾਂ ਖੇਤੀ ਜਮੀਨ ਨਹੀਂ ਆਹੀ ਆਪਾਂ ਪਤਾ ਹੈ ਕਿ ਤਿੰਨ ਕਾਨੂੰਨਾਂ ਦੇ ਤੇ ਜੋ ਕੁਝ ਹੋਇਆ ਤਿੰਨ ਕਾਨੂੰਨਾਂ ਲਈ ਖੇਤੀ ਦੀ ਦਿੱਤੀ ਕਬਜ਼ਾ ਸਿੱਧਾ ਕਰਨਾ ਚਾਹਿਆ ਸੀ ਬੀਜ ਦੇ ਉੱਤੇ ਜਿਹੜਾ ਬੀਜ 2019 ਪਹਿਲਾਂ 2004 ਚੱਲੇ ਆਂਦਾ ਸੀ ਇਹ ਤੇ ਉਹਦੇ ਵੇਲੇ ਇਹਨਾਂ ਨੇ ਕੋਸ਼ਿਸ਼ કરી ਸੀ ਤੇ ਪਾਰਲੀਮੈਂਟ ਜੁਆਇੰਟ ਪਾਰਲੀਮੈਂਟਲ ਕਮੇਟੀ ਨੂੰ ਚਲਾ ਗਿਆ ਤੇ ਉਹਨਾਂ ਨੇ ਉਹਦੇ ਤੇ ਆਬਜੈਕਸ਼ਨ ਲਾਤੇ ਉਹ ਬਿਲ ਪਾਸ ਨਹੀਂ ਹੋ ਸਕਿਆ ਤੇ ਇਸ ਹੀ ਨਹੀਂ ਹੋ ਸਕਿਆ ਵਰਗੇ ਤੇ ਹੁਣ ਜਿਹੜਾ ਹੈਗਾ ਉਸ ਤੋਂ ਬਾਅਦ ਕਿ ਹੁਣ ਇਹ 2019 ਦਾ ਜਿਹੜਾ ਬਿਲ ਹੈ ਉਹਦੇ ਉੱਤੇ ਉਹਦੇ ਵਿੱਚ ਇਹਨਾਂ ਨੇ ਕੁਝ ਇਹੋ ਜਿਹੇ ਉਦੋਂ ਵੀ ਮਾੜੇ ਪ੍ਰਵਧਾਨ ਕਰੇ ਹੋਏ ਨੇ ਜੀ ਦਾ ਮਤਲਬ ਇਹ ਹੋਏਗਾ ਮੁੱਖ ਤੌਰ ਤੇ ਜਦ ਅਸੀਂ ਦੇਖਦੇ ਹਾਂ ਕਿ ਕਿਸਾਨ ਹੁਣ ਵੀ ਵੈਸੇ ਜੇ ਅਸੀਂ ਦੇਖੀਏ ਜਿਹੜੀ ਬੀਟੀ ਕਾਟਨ ਆ ਉਹਦੇ ਤੇ ਤਾਂ ਉਹ ਕੰਪਨੀਆਂ ਤੇ ਨਿਰਭਰ ਹੈ ਤੇ ਜਿਹੜਾ بیٹی ਬੈਂਗਨ ਆਇਆ ਨਹੀਂ ਗਿਆ ਜੇ ਤਾਂ ਉਹਦੇ ਤੇ ਵੀ ਕੰਪਨੀਆਂ ਤੇ ਨਿਰਭਰ ਹੈ ਬਹੁਤ ਸਾਰੇ ਐਸੇ ਬੀਜ ਨੇ ਜਿਨ੍ਹਾਂ ਤੇ ਉਹ ਕੰਪਨੀਆਂ ਤੇ ਨਿਰਭਰ ਹੈਗਾ ਅਜੇ ਵੀ ਪਰ ਉਹ ਬਹੁਤ ਥੋੜੇ ਨੇ ਬਹੁਤੇ ਬੀਜ ਜਿਹੜੇ ਨੇ ਸਾਡੀਆਂ ਐਗਰੀਕਲਚਰ ਯੂਨੀਵਰਸਟੀਆਂ ਵਗੈਰਾ ਨੇ ਚਿਆਰ ਕਰੇ ਨੇ ਝੋਨੇ ਦੀਆਂ ਚੰਗੀਆਂ ਕਿਸਮਾਂ ਕੰਕ ਦੀਆਂ ਮੱਕੀ ਦੀਆਂ ਗੰਨੇ ਦੀਆਂ ਉਹਨਾਂ ਕਿਸਮਾਂ ਦੇ ਉੱਤੇ ਉਹ ਨੋ ਪ੍ਰੋਫਿਟ ਨੋ ਲਾਸ ਕੋਈ ਮੁਨਾਫਾ ਨਹੀਂ ਤੇ ਕੋਈ ਘਾਟਾ ਨਹੀਂ ਉਸ ਅਧਾਰ ਤੇ ਖੇਤੀ ਯੂਨੀਵਰਸਿਟੀਆਂ ਬੀਜ ਚਾਰ ਕਰਕੇ ਲੋਕਾਂ ਨੂੰ ਦਿੰਦੀਆਂ ਸੀ ਚੰਗੇ ਸੁਧਰੇ ਹੋਏ ਕਿਸਮ ਦੇ ਬੀਜ ਚ ਉਹ ਉਹਦੇ ਉੱਤੇ ਹੀ ਹਮਲਾ ਹੈ ਤਾਂ ਕਿ ਕਿਸਾਨ ਜਿਹੜਾ ਉਹ ਬੀਜ ਲੈਣ ਵਾਸਤੇ ਹੀ ਸਾਡੇ ਤੇ ਨਿਰਭਰ ਹੋ ਜੇ ਤੇ ਅਸੀਂ ਜਿਹੜੇ ਮਰਜ਼ੀ ਭਾਅ ਵੇਚੀਏ ਵੇਚੀਏ ਨੂੰ ਉਸ ਬੀਜ ਉੱਤੇ ਪਿਛਲੇ 30 ਸਾਲਾਂ ਚ ਇੱਕ ਹੋਰ ਵੱਡਾ ਸੀਗਾ ਕਿ ਉਹ ਆਪਦਾ ਪੇਟੈਂਟ ਕਰਵਾ ਕੇ ਉਸ ਬੀਜ ਨੂੰ ਤਾਂ ਕਿ ਕਿਸਾਨ ਮੁੜ ਕੇ ਬੀਜ ਬੀਜ ਨਾ ਸਕੇ ਇੱਕ ਵਾਰੀ ਬੀਜ ਡਾ ਲਿਆ ਉਸੇ ਬੀਜ ਨੂੰ ਦੁਬਾਰਾ ਬੀਜ ਕਿਸਾਨ ਤਾਂ ਰੱਖਦੇ ਆਏ ਨੇ ਬੀਜ ਪਹਿਲਾਂ ਮੋٹے ਕਣਕ ਦੇ ਦਾਣੇ ਮੁੱਠੀਆਂ ਛੱਡੀਆਂ ਜਿਨ੍ਹਾਂ ਦੇ ਦਾਣੇ ਚੰਗੇ ਹੁੰਦੇ ਹੈ ਬਿਨਾ ਕਾਨ ਵਾਲਾ ਗੰਨਾ ਇਹ ਸਾਰਾ ਬੀਜ ਉਹ ਰੱਖਦੇ ਆਏ ਨੇ ਪਹਿਲਾਂ ਤੋਂ ਹੀ ਤੇ ਗੰਨੇ ਆ ਵਾਸਤੇ ਫੱਕ ਬਾਦਰੀ ਦੇ ਮੋٹے ਦਾਣੇ ਜਵਾਰ ਦੇ ਸਾਰਾ ਕੁਝ ਰੱਖਦੇ ਆਏ ਨੇ ਪਰ ਹੁਣ ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਸਾਰੇ ਬੀਜ ਉਹ ਰੋਡੀਆਂ ਤਰ੍ਹਾਂ ਤਰ੍ਹਾਂ ਦੀਆਂ ਮੈਂ ਕਹਾਂਗਾ ਬਣ ਗਈਆਂ ਨੇ ਉਹ ਜਿਹਨੇ ਬਣ ਗਈਆਂ ਨੇ ਉਸ ਪੰਜਾਬ ਆਪਾਰਥ ਦੇ ਵਿੱਚ ਥਾਂ ਥਾਂ ਦੇ ਉੱਤੇ ਮੌਸਮ ਵੱਖਰਾ ਹੈ ਤੇ ਜ਼ਮੀਨ ਵੱਖਰੀ ਹੈ ਮੀਂਹ ਪੈਣ ਦਾ ਤਰੀਕਾ ਵੱਖਰਾ ਹੈ ਸੋ ਇਸ ਕਰਕੇ ਉਹ ਬਨ ਗਿਆ ਉਹਨਾਂ ਮੌਸਮਾਂ ਨੂੰ ਝੱਡਣ ਵਾਲੀਆਂ ਉੱਥੋਂ ਦੇ ਜਿਹੜੇ ਕੀਟ ਨੇ ਉਹਨਾਂ ਦਾ ਮੁਕਾਬਲਾ ਕਰਨ ਵਾਲੀਆਂ ਬਨ ਗਿਆ ਹੌਲੀ ਹੌਲੀ ਸਮੇਂ ਦੇ ਨਾਲ ਜਿਵੇਂ ਆਪਾਂ ਦੇਖਦਾ ਕੋਈ ਮੁਗਧਰ ਫੇਰਦਾ ਹੌਲੀ ਹੌਲੀ ਉਹਦੇ ਡੋਲੇ ਤਕਲੇ ਹੋ ਜਾਂਦੇ ਨੇ ਜਿਹੜਾ ਕਹੀ ਨਾਲ ਕੰਮ ਕਰਦਾ ਉਹਦੇ ਹੱਥਾਂ ਤੇ ਫਿਰ ਛਾੜ ਦੇ ਪੈਨੋਂ ਹਟ ਜਾਂਦੇ ਨੇ ਸੋ ਇਸੇ ਤਰ੍ਹਾਂ ਉਹ ਆਪਦੇ ਆਪ ਨੂੰ ਢਾਲ ਲੈਂਦਾ ਉਹਦੇ ਨਾਲ ਇਹ ਕੁਦਰਤ ਦਾ ਨਿਯਮ ਹੈ ਕਿ ਆਪਣੇ ਆਪ ਨੂੰ ਢਾਲਣਾ ਸਾਡੇ ਜਿਹੜੇ ਰਵਾਇਤੀ ਬੀਜ ਨੇ ਉਹਨਾਂ ਨੇ ਆਪਣੇ ਆਪ ਨੂੰ ਢਾਲਿਆ ਹੋਇਆ ਹੈ ਕਿ ਉਹ ਜਿਹੜੀਆਂ ਬਿਮਾਰੀਆਂ ਪੈਣੀਆਂ ਉਹਨਾਂ ਦਾ ਮੁਕਾਬਲਾ ਕਰ ਸਕਣ ਹੁਣ ਜਿਹੜੇ ਮਾਈਨੋਰਟੀ ਬੀਜ ਆ ਰਹੇ ਨੇ ਜਿਹੜੇ ਇਹ ਜੀਐਮ ਕ੍ਰੌਪਸ ਦੇ ਨਾਂ ਤੇ ਆ ਰਹੇ ਨੇ ਕਦੇ ਕਹਿੰਦੇ ਨੇ ਅਸੀਂ ਸੁਧਰੇ ਹੋਏ ਬੀਜ ਦੇ ਨਾਂ ਤੇ ਦੇ ਰਿਹਾ ਇਹਨਾਂ ਬੀਜਾਂ ਚ 30 ਸਾਲ ਪਹਿਲਾਂ ਤੇ ਇਹ ਰੌਲਾ ਪਾਤਾ ਸੀ ਇਹ ਪੈ ਗਿਆ ਸੀ ਕਿ ਬੀਜ ਦੁਆਰਾ ਬੀਜਣ ਨਹੀਂ ਬੀਜਣ ਨਹੀਂ ਦੇਣੇ ਮੁਕਦਮੇ ਹੋਣਗੇ ਤੁਹਾਡੇ ਤੇ ਫਿਰ ਇਹ ਵੱਡੀਆਂ ਕਾਰਪੋਰੇਸ਼ਨਾਂ ਚਾਹ ਵੀ ਇੰਨੇ ਮੁਕੱਦਮੇ ਚੰਡੀ ਜਾਣਗੇ ਕੀ ਹੋਊਗਾ ਕਿਵੇਂ ਹੋਊਗਾ ਫਿਰ ਇਹਨਾਂ ਨੇ ਇੱਕ ਨਵਾਂ ਤਰੀਕਾ ਵਿਗਿਆਨ ਕੀ ਕੱਢਿਆ ਕਿ ਉਹ ਬੀਜ ਦੇ ਵਿੱਚ ਇੱਕ ਇਹੋ ਜਿਹਾ ਗੁਣਸੂਤਰ ਪਾ ਦੋ ਜਿਹਦੇ ਨਾਲ ਉਹ ਹੀ ਮੁੜ ਕੇ ਬਾਝ ਹੋ ਜੇ ਉਹ ਮੁੜ ਕੇ ਹਰੇ ਹੀ ਨਾ ਹੋਵੇ ਹੁਣ ਅਸਲ ਦੇ ਵਿੱਚ ਜਿਹੜੇ ਉਹ ਬੀਜ ਨੇ ਆਉਣਗੇ ਉਹ ਜਿਹੜੀ ਅੱਗੇ ਜਿਹੜਾ ਅਸੀਂ ਬੀਜ ਖਾਂਦੇ ਆ ਉਹ ਉਹ ਬੀਜ ਹੈ ਜਿਹੜਾ ਆਪਣੇ ਆਪ 'ਚ ਨਵਾਂ ਬੂਟਾ ਪੈਦਾ ਕਰ ਸਕਦਾ ਤੇ ਹੁਣ ਉਹ ਜਿਹੜੇ ਬੀਜ ਉਸ ਅਸੀਂ ਅਨਾਜ ਉੱਗੇਗਾ ਵੀ ਉਹ ਅਨਾਜ ਬਾਝ ਅਨਾਜ ਹੋਏਗਾ ਤੁਸੀਂ ਆਪੀ ਹਿਸਾਬ ਲਾੜੋ ਵੀ ਜਿਹੜਾ इवन ਪਹਿਲਾਂ ਮੈਂ ਖੇਤੀ ਤਾਂ ਬਾਝਾ ਨਾ ਜਿਹੜੇ ਲੋਕ ਬਾਝ ਅਨਾਜ ਖਾਣਗੇ ਉਹਨਾਂ ਦੀ ਸਿਹਤ ਦਾ ਕੀ ਬਨੇਗਾ ਬਿਲਕੁਲ ਕਿੱਥੇ ਤਾਂ ਉਹ ਅਨਾਜ ਹੈ ਜਿਹੜਾ ਕੁਦਰਤੀ ਬੀਜ ਵਾਲਾ ਅਨਾਜ ਹੈ ਜਿਹੜਾ ਆਪ ਹਰਾ ਹੋ ਸਕਦਾ ਹੈ ਕਿੱਥੇ ਉਹ ਬਾਝ ਹੋ ਗਿਆ ਸੋ ਬਾਝ ਅਨਾਜ ਦੇਣਾ ਇਹਨਾਂ ਦਾ ਬਾਝੋ ਬਣਾਇਆ ਤਾਂ ਕਿ ਉਹ ਦੁਬਾਰਾ ਕਿਸਾਨ ਬੀਜ ਹੀ ਨਾ ਸਕੇ ਗੱਲ ਹੀ ਖਤਮ ਹੈ ਮੁਕਦਮਾ ਤਾਂ ਕਰ ਨਹੀਂ ਨਾ ਪਵੇ ਉਹਦੀ ਮਜਬੂਰੀ ਹੈ ਉਹ ਤਾਂ ਹਰੇ ਹੀ ਨਹੀਂ ਹੋਣਾ ਪੁੰਨੇ ਛੋਲੇ ਵਾਲੀ ਗੱਲ ਹੋ ਗਈ ਪੁੰਨੇ ਪੁੰਨੇ ਦਾਣੇ ਬੀਜਣ ਵਾਲੀ ਸੋ ਉਹਦੇ ਵਿੱਚ ਨਾਹਾਂ ਇਹਨਾਂ ਨੇ ਕਰਿਆ ਕੀ ਹੈ ਵੀ ਸਾਡਾ ਇੱਕ ਪ੍ਰਚਾਰ ਇੱਕ ਤਰੀਕਾ ਇਹ ਵੀ ਚਾਹਦਾ ਹੈ ਕਿ ਲੋਕਾਂ ਨੂੰ ਇਹ ਬਣਾ ਦੋ ਕਿ ਇਹ ਤਾਂ ਕੁਦਰਤੀ ਹੈ ਇਹ ਤਾਂ ਐ ਹੀ ਹੋਣਾ ਸੀ ਪੜਾਇਆ ਜਾਂਦਾ ਹੈ ਆ ਮੈਡੀਕਲ ਦੇ ਜਦ ਪੇਪਰ ਹੁੰਦੇ ਨੇ ਐਮਬੀਬੀ ਦੇ ਦਾਖਲੇ ਦੇ ਉਹ ਚ ਬੋਟਨੀ ਦੇ ਪੇਪਰ ਚ ਕਈ ਵਾਰੀ ਇਹ ਸਵਾਲ ਆਉਂਦਾ ਹੈ ਕਿ ਜਿਹੜੇ ਇਹ ਮਨਸੈਂਟੋ ਦੇ ਬੀਜ ਨੇ ਜਾਂ ਜਿਹੜੇ ਇਹ ਸੁਧਰੇ ਬੀਜ ਨੇ ਇਹ ਦੁਬਾਰਾ ਕਿਉਂ ਨਹੀਂ ਉਗਦੇ ਉਹ ਕਹਿੰਦੇ ਜੀ ਇਹਦੇ ਚ ਟਰਮੀਨੇਟਰ ਜੀਨ ਪਾਇਆ ਹੋਇਆ ਹੈ ਤੇ ਉਹਨੂੰ ਲੱਗਦਾ ਇਹ ਤਾਂ ਕੁਦਰਤੀ ਕਰਦਾ ਕਿਉਂਕਿ ਟਰਮੀਨੇਟਰ ਜੀ ਨਾ ਇਸ ਕਰਕੇ ਨਹੀਂ ਉਗਦੇ ਉਹ ਕੋਈ ਨਹੀਂ ਦੱਸ ਵੀ ਟਰਮੀਨੇਟਰ ਜੀ ਨੇ ਪਾਇਆ ਕਿਉਂ ਆ ਉਹ ਗੁਣਸੂਤਰ ਪਾਉਣ ਦੀ ਕੀ ਲੋੜ ਸੀ ਉਹ ਪਾਇਆ ਇਸ ਵਾਸਤੇ ਵੀ ਮੁੜ ਕੇ ਵਗਾ ਨਾ ਸਕੇ ਉਹ ਉਹਨੂੰ ਮਜਬੂਰ ਹੋਣਾ ਪਵੇ ਸਾਡੇ ਕੋਲ ਖਰੀਦਣ ਵਾਸਤੇ ਸੋ ਇਸ ਕਰਕੇ ਇਹ ਵਪਾਰਕ ਤੌਰ ਤੇ ਪਾਇਆ ਗਿਆ ਵਿਗਿਆਨਕ ਤੌਰ ਤੇ ਨਹੀਂ ਪਾਇਆ ਗਿਆ ਇਸੇ ਤਰ੍ਹਾਂ ਜੀਐਮ ਕ੍ਰੌਪਸ ਜਿਹੜੀਆਂ ਜੈਨੇਟਿਕਲੀ ਮੋਡੀਫਾਈਡ ਉਹਨੂੰ ਕਹਿੰਦੇ ਗੁਣਸੂਤਰ ਸੋਧਕ ਫਸਲਾਂ ਮੈਂ ਉਹਨੂੰ ਸੋਧਤ ਨਹੀਂ ਕਹਿੰਦਾ ਬਦਲਾਅ ਕਰਿਆ ਗੁਣਸੂਤਰਾਂ ਦਾ ਸੋਧ ਕਿੱਥੇ ਹੋ ਗਈ ਜਰੂਰੀ ਥੋੜਾ ਵੀ ਉਹ ਚੰਗੀਆਂ ਨੇ ਆ ਬੀਟੀ ਕਾਟਨ ਤੇ ਬਥੇਰਾ ਕੁਝ ਪੈਂਦਾ ਰਿਹਾ ਬੀਟੀ ਕਾਟਨ ਨੇ ਲੋਕਾਂ ਨੂੰ ਬਥੇਰੇ ਮਾਰਿਆ ਵੀ ਹੈ ਸੋ ਜੈਨਾ ਨੇ ਉਹਦੇ ਵਿੱਚ ਉਹ ਬੀਜ ਆਪਣੇ ਆਪ ਚ ਬੀਜ ਚ ਜੈਨਾ ਨੇ ਤੇ ਦੂਜੀ ਗੱਲ ਉਹਦੇ ਤੇ ਇੰਨੇ ਕੀਟਨਾਸ਼ਕ ਉਹੋ ਜਿਹੜੇ ਬੀਜ ਆਉਂਦੇ ਨੇ ਉਹਨਾਂ ਕੀਟਨਾਸ਼ਕ ਉਹਦੇ ਤੇ ਪੈਂਦੇ ਨੇ ਜਿਹੜੇ ਉਹਨਾਂ ਦੀਆਂ ਦਵਾਈਆਂ ਨਾਲ ਹੀ ਮਰਦੇ ਨੇ ਸੋ ਕੀਟਨਾਸ਼ਕ ਦਵਾਈਆਂ ਵੀ ਉਹੀ ਮੰਸੈਂਟੋ ਬੇਅਰ ਵਰਗੀਆਂ ਕੰਪਨੀਆਂ ਚਾਲ ਕਰਦੀਆਂ ਨੇ ਸੋ ਉਹਨਾਂ ਦੇ ਤਾਂ ਦੋਨੇ ਹੱਥੀ ਲੱਡੂ ਹੋਗੇ ਬੀਜ ਵੀ ਆਪਦੇ ਵੇਚਣਗੇ ਤੇ ਹਰ ਵਾਰੀ ਵੇਚਣਗੇ ਮਨਮਰਜ਼ੀ ਦੇ ਭਾਅ ਵੇਚਣਗੇ ਤੇ ਨਾਲ ਉੱਤੇ ਦਬਾਅ ਵੀ ਉਹਨਾਂ ਦੀ ਵਿਕੇਗੀ ਕਿਉਂਕਿ ਕੀਟ ਪੈਣਗੇ ਕੀਟਾਂ ਨੂੰ ਰੋਕਣ ਵਾਸਤੇ ਦਵਾਈ ਚਾਹੀਦੀ ਹੈ ਦਵਾਈ ਉਹਨਾਂ ਦੀ ਹੋਈ ਹੈ ਤੇ ਉਹ ਦਵਾਈ ਜ਼ਹਿਰ ਵੀ ਹੈਗੀ ਹੈ ਉਹ ਜ਼ਹਿਰ ਜਦ ਮਨੁੱਖੀ ਸਰੀਰ ਜਾਏਗੀ ਉਹ ਨੂੰ ਬਿਮਾਰ ਕਰੇਗੀ ਫਿਰ ਦਵਾਈ ਕੰਪਨੀਆਂ ਵੀ ਉਹਨਾਂ ਦੇ ਕਿਸੇ ਨਾ ਕਿਸੇ ਤਰ੍ਹਾਂ ਅੰਗੜੀ ਸੰਗੜੀ ਚੀਨੇ ਸੋ ਇਸ ਕਰਕੇ ਸਾਵੇ ਦਾ ਸਾਰਾ ਮਨੁੱਖੀ ਸਿਹਤ ਦਾ ਖੇਤੀ ਦਾ ਖੇਤੀ ਆਫਤਕਾਰੀ ਦਾ 4 ਲੇਕ ਦੇ ਕਬਜ਼ਾ ਕਰਨ ਦਾ ਇਹ ਤੌਰ ਤਰੀਕਾ ਕਿਉਂਕਿ ਸੇਤ ਦੇ ਵਿੱਚ ਤਾਂ ਕਿਸਾਨਾਂ ਨਹੀਂ ਸੇਤ ਵੀ ਹਮਲਾ ਹੈ ਨਾ ਮਜ਼ਦੂਰਾਂ ਦੀ ਸੇਤ ਵੀ ਹਮਲਾ ਹੈ ਸੋ ਉਹਨਾਂ ਦੀ ਸੇਤ ਉੱਤੇ ਵੀ ਹਮਲਾ ਹੋਊਗਾ ਉਹਦੇ ਵੀ ਪੈਸੇ ਲੱਗਣਗੇ ਹੁਣ ਬੀਲ ਵਿੱਚ 2019 ਕੀ ਕਹਿੰਦਾ ਹੈ ਉਹਦੀ ਗੱਲ ਕਰ ਜਾਂ ਇਹ ਤਾਂ ਸੀਗਾ ਇਹਨਾਂ ਦਾ ਇਰਾਦਾ ਕੀ ਹੈ ਬੀਲ ਵਿੱਚ 2019 ਦੇ ਵਿੱਚ ਇਹਨਾਂ ਨੇ ਜੋ ਧਿਆਨਦਾ ਉਹ ਇਹ ਹੈ ਕਿ ਪਹਿਲੀ ਗੱਲ ਤਾਂ ਜਿਹੜਾ ਹੈਗਾ ਕਿਸਾਨ ਉਹਦੀ ਪ੍ਰਵਾਸੀ ਬਦਲਤੀ ਉਹ ਹੀ ਜੀ ਪ੍ਰਵਾਸੀ ਬਦਲਤੀ ਜਿਹਹੀ ਆ ਖੇਤੀ ਬਨਾਚ ਪਾਈ ਹੋਈ ਸੀ ਜਾਨੀ ਕਿ ਜਿਹੜਾ ਕਿਤੋਂ ਕਿਸੇ ਤੋਂ ਠੇਕੀ ਖੇਤੀ ਕਰਾਉਂਦਾ ਹੋਵੇ ਕਿਸਾਨ ਹੈ ਆ ਆਪ ਖੇਤ ਚ ਵੜਦਾ ਹੀ ਨਹੀਂ ਕਦੇ ਉਹ ਵੀ ਕਿਸਾਨ ਹੈ ਕਿ ਕੋਈ ਸੋਸਾਇਟੀ ਬਣਾਈ ਹੋ ਉਹ ਵੀ ਕਿਸਾਨ ਹੈ ਇਦਾਂ ਹੀ ਉਹਨਾਂ ਨੇ ਬੀਜ ਬਾਰੇ ਵੀ ਕਹਿਤਾ ਵੀ ਬੀਜ ਅਸੀਂ ਕਿਹੜਾ ਕਿੱਥੋਂ ਦਾ ਕਹਿੰਦੇ ਉਹ ਕਹਿੰਦੇ ਜਿਹੜਾ ਇੱਕ ਸੂਬੇ ਦੇ ਵਿੱਚ ਬੀਜਿਆ ਜਾਂਦਾ ਉਹਨੂੰ ਸੂਬਾਈ ਬੀਜ ਕਹਿ ਦੇਣਾ ਜਿਹੜਾ ਇੱਕ ਤੋਂ ਵੱਧ ਸੂਬਿਆਂ ਚ ਬੀਜਿਆ ਜਾਂਦਾ ਉਹਨੂੰ ਰਾਸ਼ਟਰੀ ਬੀਜ ਕਹਿ ਦੇਣਾ ਹੁਣ ਇਹ ਇਹ ਤਾਂ ਨਵੀਂ ਡੈਫੀਨੇਸ਼ਨ ਆ ਗਈ ਬੀਜਾ ਬਣ ਕੇ ਹੁੰਦੀ ਵੀ ਕਣਕ ਇੰਨੀ ਜੀ ਫਲਾਣਾ ਨੰਬਰ ਦਿੱਤੇ ਹੋਏ ਸੀ ਜਾਂ ਤਾਂ ਉਹਨਾਂ ਦੇ ਜਾਂ ਕਹਿੰਦੇ ਸੀ ਜੀ ਇਹ ਫਲਾਣੀ ਕਣਕ ਹੈ ਇਹ ਫਲਾਣਾ ਚੋਨਾ ਹੈ ਹਰਕਤ ਦਾ ਨਾਮ ਸੀ ਜਾਂ ਨਾਮ ਸੀ ਜਾਂ ਨੰਬਰ ਸੀ ਉਹ ਨਾਮ ਤੇ ਨੰਬਰ ਛੱਡ ਕੇ ਇਹਨਾਂ ਨੇ ਸਭਾਈ ਤੇ ਰਾਸ਼ਟਰੀ ਬਣਾਤਾ ਕਿਉਂਕਿ ਇਹਨਾਂ ਨੇ ਆਪਦੇ ਤਰੀਕੇ ਨਾਲ ਕੰਪਨੀ ਦਾ ਬੀਜ ਬੀਜਣਾ ਸੋ ਕੰਪਨੀ ਦਾ ਬੀਜ ਨੂੰ ਐਦਾਂ ਇਹਨਾਂ ਨੇ ਬਣਾਤਾ ਇਸ ਤੋਂ ਅਗਲਾ ਇੱਕ 파ਟ ਸੀ ਉਹਦੇ ਵਿੱਚ ਇਹ ਹੈ ਕਿ ਕਿਸਾਨ ਕੋਲੇ ਇੱਕ ਅਧਿਕਾਰ ਸੀ ਕਿ ਉਹ ਆਪਦਾ ਬੀਜ ਬੀਜ ਸਕੇ ਬਚਾ ਸਕੇ ਜਿਹੜੇ ਵੀ ਜਿਹੜਾ ਬਚੇ ਹੋਈਆਂ ਬਣ ਗਈਆਂ ਨੇ ਜ਼ਰੂਰੀ ਨਹੀਂ ਵੀ ਮੈਂ ਮੁੱਲ ਦਾ ਬੀਜ ਲੈ ਕਿਦਾਵਾ ਅਜੇ ਤੱਕ ਇਸ ਨਾਲ ਦਾ ਮੇਰੇ ਚ ਕੋਈ ਕੰਪਲਸਨ ਨਹੀਂ ਕੋਈ ਮੇਰੇ ਉੱਤੇ ਮਜਬੂਰੀ ਨਹੀਂ ਕਿ ਮੈਂ ਉਹਨਾਂ ਦਾ ਬੀਜ ਖਰੀਦ ਕੀਦਾਵਾ ਹਾਲਾਂਕਿ ਉਹ ਮਜਬੂਰੀ ਆਪਣੇ ਆਪ ਚ ਬਣੂ ਮੈਂ ਅੱਗੇ ਜਾਵਾਂਗਾ ਤੇ ਉਹ ਮੈਂ ਆਪਦਾ ਬੀਜ ਬਚਾ ਕੇ ਰੱਖ ਲਿਆ ਉਹਦੇ ਵਿੱਚ ਗਾਹ ਫੇਰ ਸ਼ਰਤ ਆਈ ਜਾਂਦੀ ਆ ਵੀ ਇਹ ਹੁਣ ਗਾਹ ਮੈਂ ਵੇਚ ਨਹੀਂ ਸਕਾਂਗਾ ਮੈਂ ਇੱਕ ਦੂਜੇ ਨਾਲ ਐਕਸਚੇਂਜ ਨਹੀਂ ਜਾਨਕਿ ਬਟਾਂਦਰਾ ਜਿਹਨੂੰ ਕਹਨੇ ਆ ਮੈਂ ਕਹਾ ਯਾਰ ਤੇਰੇ ਕੋਲ ਆ ਕਣਕ ਦਾ ਬੀਜ ਹੈਗਾ ਤੇ ਤੂੰ ਕਣਕ ਦਾ ਮੈਨੂੰ ਦੇ ਦੇ ਮੇਰੇ ਤੋਂ ਤੂੰ ਮੱਕੀ ਦਾ ਲੈ ਲੈਣੀ ਜਾਂ ਮੇਟੋ ਕਪਾ ਦੇ ਵੜੇ ਨੇ ਦੇ ਲਈ ਸੋ ਉਹ ਵੀ ਬਟਾਂਦਰੇ ਦੇ ਉੱਤੇ ਵੀ ਇੱਕ ਰੋਕੇ ਦੇ ਚ ਲੱਗ ਰਹੀ ਹੈ țeਡੇ ਟੰਗ ਨਾਲ ਇਸੇ ਤਰ੍ਹਾਂ ਹੀ ਬੀਜ ਕੰਪਨੀਆਂ ਦੇ ਉੱਤੇ ਜਿਹੜਾ ਹੈ ਕਿ ਉਹ ਕੁਆਲਿਟੀ ਲੈਂਦੇ ਕੁਆਲਿਟੀ ਕੰਟਰੋਲ ਦੇ ਉੱਤੇ ਵੀ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਵੀ ਜੇ ਕੁਆਲਿਟੀ ਕੰਟਰੋਲ ਹੈ ਜਿਹੜਾ ਪਹਿਲਾਂ ਟੈਸਟ ਕਰਿਆ ਜੋ ਜੇ ਉਹਦੀ ਫਸਲ ਮਾਰੀ ਜਾਊ ਕਿਵੇਂ ਹੋਊ ਉਹਦੇ ਵਿੱਚ ਬਹੁਤ ਜ਼ਿਆਦਾ ਕੰਪਲਿਕੇਟਿਡ ਪ੍ਰੋਸੀਜਰ ਇਸ ਤਰ੍ਹਾਂ ਬਣਾਤਾ ਕਿ ਬੀਜ ਵੇਚਣ ਵਾਲੀ ਕੰਪਨੀ ਉਹ ਜ਼ਿੰਮੇਵਾਰੀ ਚੋਂ ਨਿਕਲ ਜਾਂਦੀ ਹੈ ਬੀਜ ਮਾਲਾ ਦੇ ਤਾਂ ਆਪਾਂ ਰੋਜ਼ ਹੀ ਸੁਣਦੇ ਹਾਂ ਵੀ ਕੀਟਨਾਸ਼ਕ ਮਾਰੇ ਦਿੱਤੇ ਜੀ ਫਸਲ ਮਾਰੀ ਗਈ ਆਜ ਕੀ ਨਰਮੇ ਦੀ ਫਸਲ ਨਾਲ ਇਹੀ ਹੋਇਆ ਜਿਹੜਾ ਖਰਾਬਾ ਮੰਗ ਰਹੇ ਨੇ 17000 ਰੁਪਏ ਇਕੜ ਸੋ ਵੀ ਜਾਂ ਤਾਂ ਕੀਟਨਾਸ਼ਕ ਮਾਰੇ ਦਿੱਤੇ ਜਾਂ ਬੀਜ ਮਾਰੇ ਦਿੱਤੇ ਜਾਂ ਦੋਨੇ ਮਾਰੇ ਦਿੱਤੇ ਉਹ ਕਿਸਾਨ ਤਾਂ ਸਫਰ ਰਹੇਗਾ ਹੀ ਉਹਦੀ ਤਾਂ ਸਾਰੀ ਫਸਲੀ ਮਾਰੀ ਜਾਂਦੀ ਹੈ ਸੋ ਉਹਦੇ ਉੱਤੇ ਜ਼ਿੰਮੇਵਾਰੀ ਕੋਈ ਨਹੀਂ ਉਹ ਵੀ ਇਸ ਵੇਰ ਦੇ ਵਿੱਚ ਉਸ ਜ਼ਿੰਮੇਵਾਰੀ ਨੂੰ 1966 ਦਾ ਬੀਜ ਬਿਲ ਇਹਦੇ ਨਾਲ ਉਹ ਬਦਲਾ ਕਰ ਰਹੇ ਨੇ 1966 ਦੇ ਵਿੱਚ ਕਿਸਾਨ ਨੂੰ ਗਰੰਟੀਆਂ ਸੀਗੀਆਂ ਕਿ ਜੇ ਬੀਜ ਖਰਾਬ ਨਿਕਲੇਗਾ ਤਾਂ ਕੰਪਨੀ ਜ਼ਿੰਮੇਵਾਰ ਹੋਊ ਬੀਜ ਤੇ ਉਹਦਾ ਮੁਆਵਜ਼ਾ ਦੇਗੀ ਕੰਪਨੀ ਹੁਣ ਮੁਆਵਜ਼ਾ ਸਰਕਾਰਾਂ ਤੋਂ ਮੰਗਿਆ ਜਾ ਰਿਹਾ ਆਪਾਂ ਦੇਖ ਹੀ ਲਿਆ ਪੰਜਾਬ ਸਰਕਾਰ ਦੇ ਰੋਜੀ ਜਿਹੜਾ ਕਿਸਾਨ ਜੱਚਬੰਦੀਆਂ ਨੇ ਧਰਨੇ ਵਾਲੇ ਹੋਏ ਨੇ 17 ਡੀਸੀ ਦਫ਼ਤਰਾਂ ਦੇ 11 11 ਜਿਨ੍ਹਾਂ ਚ ਡੀਸੀ ਦਫ਼ਤਰਾਂ ਦੇ ਘਰਾਓ ਕਰੇ ਹੋਏ ਨੇ ਦੋ ਜਿਲ੍ਹਿਆਂ ਦੇ ਵਿੱਚ ਐਸਡੀਐਮ ਦਫ਼ਤਰਾਂ ਦੇ ਵੀ ਘਰਾਓ ਕਰੇ ਹੋਏ ਨੇ ਤੇ ਉਹ ਸਾਰਾ ਕੁਝ ਜਿਹੜਾ ਹੈਗਾ ਉਹ ਮੁਆਵਜ਼ੇ ਵਾਸਤੇ ਆ ਨਾ ਵੀ ਖਰਾਬਾ ਹੋ ਗਿਆ ਫਸਲ ਦਾ ਖਰਾਬਾ ਹੋ ਗਿਆ ਮਾਲੀ ਨਾਲ ਸੋ ਜਿਹੜਾ ਬਿਮਾਰੀ ਨਾਲ ਖਰਾਬਾ ਹੋਣ ਦੇ ਉੱਤੇ ਉਹਦੇ ਕੰਪਨੀ ਨੇ ਉਹਨੂੰ ਦੇਣਾ ਸੀ ਇਦਾਂ ਜੇ ਕੀਟਨਾਸ਼ਕ ਮਾਰਾ ਨਿਕਲ ਗਿਆ ਉਹਦਾ ਅਸਰ ਨਹੀਂ ਹੋਇਆ ਉਹ ਕੰਪਨੀ ਨੇ ਦੇਣਾ ਸੀ ਹੁਣ ਉਹ ਜਿਹੜਾ ਹੈਗਾ ਉਹਦੇ ਉੱਤੇ ਵੀ ਇੱਕ ਤਾ ਤਰੀਕਾ ਇਹੋ ਜਿਹਾ ਬਣਾਇਆ ਜਾ ਰਿਹਾ ਹੈ ਪਹਿਲਾਂ ਤਾਂ ਉਹ ਲੈਣਾ ਵੀ ਉਦੋਂ ਵੀ ਔਖਾ ਸੀ ਹੁਣ ਤਾਂ ਬਿਲਕੁਲ ਹੀ ਔਖਾ ਬਣਾਇਆ ਜਾ ਰਿਹਾ ਹੈ ਜਿਸ ਨਾਲ ਉਹਦੀ ਸੇ ਜਿਮੇਵਾਰੀ ਹੋਈ ਨਿਕਲ ਜਾਣੀ ਆ ਉਸਨੇ ਸੋ ਇਹ ਜਿਹੜੇ ਬੀਜ ਇਤੋਂ ਅੱਗੇ ਕੀ ਆ ਸਾਡੇ ਕੋਲੇ ਲੱਖਾਂ ਹੀ ਬਣ ਗਈਆਂ ਨੇ ਕਈ ਚੀਜ਼ਾਂ ਦੀਆਂ ਤੇ ਕਈ ਹਜ਼ਾਰਾਂ ਨੇ ਕਈ ਸੈਂਕੜੇ ਬਣ ਗੀਆਂ ਨੇ ਉਹ ਬਨਗਿਆ ਦਾ ਕੀ ਫਾਇਦਾ ਹੁੰਦਾ ਹੈ ਜਦ ਇੱਕ ਕਿਸਮ ਦੇ ਬੀਜ ਨੂੰ ਇੱਕ ਬਨਗੀ ਨੂੰ ਕੋਈ ਬਿਮਾਰੀ ਪੈਂਦੀ ਹੈ ਤਾਂ ਦੂਜੀਆਂ ਨੂੰ ਉਹ ਬਿਮਾਰੀ ਨਹੀਂ ਲੱਗਦੀ ਇਸ ਕਰਕੇ ਪੂਰੀ ਦੀ ਪੂਰੀ ਫਸਲ ਇੱਕ ਖੇਤਰ ਦੇ ਵਿੱਚ ਜਿਵੇਂ ਪੂਰੇ ਪੰਜਾਬ ਵਿੱਚ ਫਸਲ ਨਹੀਂ ਮਾਰੀ ਜਾ ਸਕਦੀ ਪੂਰੇ ਮਾਰਵੇ ਦੀ ਫਸਲ ਕਣਕ ਨਹੀਂ ਮਾਰੀ ਜਾ ਸਕਦੀ ਪੂਰੇ ਭਾਰਤ ਦੀ ਫਸਲ ਨਹੀਂ ਮਾਰੀ ਜਾ ਸਕਦੀ ਕਿਸੇ ਇੱਕ ਸੂਬੇ ਦੀ ਇੱਕ ਖੇਤਰ ਦੀ ਇੱਕ ਏਰੀਆ ਦੀ ਇੱਕ ਜਿਹੜੀ ਦੀ ਮਾਰੀ ਜਾ ਸਕਦੀ ਹੈ ਕਿਉਂਕਿ ਸਾਡੇ ਕੋਲ ਬਨਗਿਆ ਬਹੁਤ ਨੇ ਇੱਕ ਬਨਗੀ ਨੂੰ ਜਿਹੜੀ ਬਿਮਾਰੀ ਪੈਂਦੀ ਹੈ ਉਹ ਦੂਜੇ ਨੂੰ ਨਹੀਂ ਲੱਗਦੀ ਜਾਂ ਦੂਜੀ ਉਹਨੂੰ ਰਜਿਸਟੈਂਟ ਹੁੰਦੀ ਹੈ ਉਹਦੇ ਰੋਧਕ ਹੁੰਦੀ ਹੈ ਉਹਨੂੰ ਨਹੀਂ ਹੋਣ ਦਿੰਦੀ ਸੋ ਪਰ ਹੁਣ ਜਿਹੜਾ ਇਹ ਨਵੇਂ ਬੀਜ ਜਿਹੜੇ ਬੀਜ 2019 ਲੈ ਆ ਰਹੇ ਹੈ ਉਹ ਬੀਜ ਉਹ ਹੋਣਗੇ ਪੂਰੇ ਭਾਰਤ 'ਚ ਇੱਕ ਰਖਤ ਬਿਮਾਰੀ ਪੈ ਗਈ ਸਾਰੀ ਫਸਲ ਮਰੀ ਜਾਏਗੀ ਔਰ ਉਹ ਤੇਜ਼ੀ ਨਾਲ ਫੈਲੇਗੀ ਮਹਾਮਾਰੀ ਜੀ ਤਰ੍ਹਾਂ ਜਿਹੜੀ ਹੁਣ ਵਿਸ਼ਵ ਵਿਆਪੀ ਮਹਾਮਾਰੀ ਕਰੋਨਾ ਦੀ ਫੈਲੀ ਹੈ ਆਪਾਂ ਨੂੰ ਪਤਾ ਹੀ ਹੈ ਕਿੰਨੇ ਬੰਦੇ ਮਰ ਗਏ ਉਹਦੇ ਨਾਲ ਤੇ 55 ਲੱਖ ਬੰਦਾ ਮਰ ਗਿਆ 54.5 ਲੱਖ ਬੰਦਾ ਤਾਂ ਮਰ ਗਿਆ ਦੁਨੀਆ ਦੇ ਵਿੱਚ 28 ਕਰੋੜ ਬੰਦੇ ਨੂੰ ਕਰੋਨਾ ਹੋ ਚੁੱਕਿਆ 28.5 ਕਰੋੜ ਨੂੰ ਤੇ ਜੇ ਅਸੀਂ ਉਹ ਦੇਖੀਏ ਤਾਂ ਹਰ 25 ਬੰਦਾ ਪਿੱਛੇ ਇੱਕ ਨੂੰ ਕਰੋਨਾ ਹੋ ਚੁੱਕਿਆ ਇਦਾਂ ਦੀ ਬਿਮਾਰੀ ਉਹ ਫੈਲ ਜਾਣੀ ਹੈ ਕਿਉਂਕਿ ਜੀਵ ਹੈ ਜਿਹੜੇ ਬੂਟੇ ਨੇ ਵੀ ਜੀਵ ਨੇ ਤੇ ਗੁਰਨਾਨ ਦੇ ਜੇਤੇ ਦਾਣੇ ਅੰਨ ਕੇ ਜੀਆਂ ਬਾਝਣਾ ਕੋਈ ਉਹ ਵੀ ਜੀਵ ਨੇ ਇਹ ਵੀ ਜੀਵ ਨੇ ਤੇ ਜੇ ਬੰਦਿਆਂ ਦੀ ਬਿਮਾਰੀ ਇਦਾਂ ਫੈਲ ਕੇ ਆ ਕੁਝ ਕਰ ਸਕਦੀ ਹੈ ਤੁਸੀਂ ਆਪਣੇ ਹਿਸਾਬ ਨਾਲ ਜਿੱਦੇ ਫਸਲਾਂ ਦੀ ਫੈਲ ਗਈ ਉਦਕੀ ਹਾਲ ਹੋਊਗਾ ਉਹ ਬੀਜ ਹੀ ਸਾਰਾ ਕਿਉਂਕਿ ਉਹੇ ਜਿਆਦੇ ਤਾਂ ਸੋ ਉਹਦੇ ਵਿੱਚ ਵੱਡਾ ਖਤਰਾ ਇਸ ਗੱਲ ਦਾ ਹੈ ਵੀ ਇੱਕ ਡਾਕਟਰ ਤੁਹਾਡੀ ਫਸਲ ਮਾਰੀ ਜਾ ਸਕਦੀ ਹੈ ਤੁਹਾਨੂੰ ਬੀਜ ਘਟਿਆ ਦਿੱਤਾ ਜਾ ਸਕਦਾ ਹੈ ਤੁਹਾਨੂੰ ਬੀਜ ਦੇਣ ਤੋਂ ਨਾ ਕਰੀ ਜਾ ਸਕਦੀ ਹੈ ਤੁਹਾਨੂੰ ਬੀਜ ਬਹੁਤ ਮਹਿੰਗਾ ਦਿੱਤਾ ਜਾ ਸਕਦਾ ਜਿਹਦੇ ਨਾਲ ਤੁਹਾਡਾ ਘਾਟਾ ਹੀ ਪੂਰਾ ਨਾ ਹੋਵੇ ਉਦੋਂ ਅੱਗੇ ਉਹਦੇ ਤੇ ਬਿਮਾਰੀ ਫਲਾਈ ਜਾ ਸਕਦੀ ਹੈ ਉਹਦੇ ਚ ਇਹੋ ਜਿਹਾ ਕਰਿਆ ਜਾ ਸਕਦਾ ਜਿਹਦੇ ਨਾਲ ਉਹ ਬਿਮਾਰੀ ਪਈ ਪਏ ਪੱਕਾ ਹੀ ਤੇ ਉਦੋਂ ਅੱਗੇ ਉਹਨੂੰ ਕੀਟਨਾਸ਼ਕ ਜਿਹੜੇ ਵੇਚਨੇ ਨੇ ਉਹ ਵੀ ਉਹਨਾਂ ਦੇ ਭਾਵ ਵਿੱਚ ਨੇ ਤੇ ਉਹ ਪ੍ਰੋਡਿਊਸ ਵੀ ਪੈਦਾ ਵੀ ਉਹਨਾਂ ਨੇ ਕਰਨੇ ਨੇ ਬਣਾਉਣੇ ਵੀ ਉਹਨਾਂ ਨੇ ਨੇ ਤੇ ਉਹਦਾ ਭਾਅ ਵੀ ਉਹਨਾਂ ਨੇ ਚਾਹ ਕਰਨਾ ਜੀ ਅਗਲਾ ਸਵਾਲ ਵੀ ਮੇਰਾ ਆਹੀ ਸੀ ਕਿ ਜਿਵੇਂ ਤੁਸੀਂ ਬੀਜ ਮਾਲਕੀ ਦਾ ਜ਼ਿਕਰ ਕਰ ਰਹੇ ਹੋ ਕਿ ਬੀਜ ਸੋਦੇ ਹੋਏ ਬੀਜ ਨੇ ਜੀ ਐਮ ਬਾਰੇ ਕਿੰਨਾ ਕੁ ਸ ਨੈਟ ਤੇ ਕਿਤਾਬਾਂ ਤੇ ਅਸੀਂ ਪੜਿਆ ਤੁਸੀਂ ਦੇਖੋਗੇ ਵੀ ਸੋਦੇ ਹੋਏ ਬੀਜ ਪੈਸਟੀਸਾਈਡ ਦਾ ਉਹਨਾਂ ਤੇ ਅਸਰ ਨਹੀਂ ਹੁੰਦਾ ਅਸਰ ਹੁੰਦਾ ਪੈਸਟੀਸਾਈਡ ਦਾ ਸਿਹਤਾਂ ਦੇ ਉੱਤੇ ਬਿਮਾਰੀਆਂ ਪੈਦਾ ਹੁੰਦੀਆਂ ਤੇ ਉਸ ਤੋਂ ਬਾਅਦ ਜੋ ਬਿਮਾਰੀਆਂ ਪੈਦਾ ਹੁੰਦੀਆਂ ਉਹਨਾਂ ਦਾ ਇਲਾਜ ਵੱਡੇ ਵੱਡੇ ਹਸਪਤਾਲ ਵੱਡੀਆਂ ਵੱਡੀਆਂ ਦਵਾਈਆਂ ਕਿੰਨਾ ਕੁਝ ਬਾਹਰ ਆ ਚੁੱਕਿਆ ਤਾਂਜਬ ਉਹ ਵੀ ਕਾਰਪੋਰੇਟ ਦੇ ਹੱਥ ਹੈ ਕਿ ਪਹਿਲਾਂ ਤਾਂ ਕਾਰਪੋਰੇਟ ਨੇ ਮੁਨਾਫਾ ਕਮਾਣਾ ਉਹ ਬੀਜ ਸੋਧ ਕੇ ਉਸ ਤੋਂ ਬਾਅਦ ਪੈਸਟੀਸਾਈਡ ਉਸ ਉਹਦੇ ਉੱਤੇ ਬੀਜਾਂ ਤੇ ਵਰਤ ਕੇ ਫਸਲਾਂ ਤੇ ਵਰਤ ਕੇ ਜਿੱਦਾਂ ਕੋਈ ਅਸਰ ਨਹੀਂ ਹੋਣਾ ਫਸਲਾਂ ਤੇ ਅਸਰ ਹੋਣਾ ਸਿਹਤਾਂ ਦੇ ਉੱਤੇ ਜਦੋਂ ਮਨੁੱਖਤਾ ਬਿਮਾਰ ਹੋਊਗੀ ਉਹਨਾਂ ਦਾ ਲਾਜ ਕਰਕੇ ਫਿਰ ਮੁਨਾਫਾ ਕਮਾਣਾ ਕਿ ਹਰ ਪਾਸੇ ਦਾ ਕਾਰਪੋਰੇਟ ਮੁਨਾਫਾ ਕਮਾਰੇ ਨੇ ਬਿਲਕੁਲ ਠੀਕ ਹੈ ਉਹਨਾਂ ਦੇ ਤਾਂ ਸਾਰੇ ਪਾਸੇ ਉਹਨਾਂ ਦਾ ਵਪਾਰ ਹੈ ਬਿਲਕੁਲ ਸਹੀ ਕਿਹਾ ਤੁਸੀਂ ਬਸ ਕੇ ਮੈਂ ਇੱਕ ਵਾਰ ਜਰੂਰ ਕਹਾਂਗਾ ਇਹ ਆਮ ਤੌਰ ਤੇ ਇਹਨਾਂ ਨੇ ਫਲਾਤਾ ਲੋਕਾਂ ਚ ਤਕੀਆ ਕਲਾਮ ਬਣ ਗਿਆ ਸੋਧੇ ਬੀਜ ਉਹ ਸੋਧੇ ਹੋਏ ਬੀਜ ਨਹੀਂ ਬਦਲਾ ਕੀਤੇ ਗੁਣਸੂਤਰ ਬਦਲਾ ਲਏ ਬੀਜ ਨੇ ਉਹ ਗੁਣਸੂਤਰ ਸੋਧਿਆ ਸੋਧਿਆ ਤਾਂ ਤਾਂ ਹੁੰਦਾ ਜੇ ਚੰਗਾ ਹੋਵੇ ਜ਼ਰੂਰੀ ਥੋੜਾ ਹੋਵੇ ਚੰਗਾ ਉਹ ਮਾਲਾ ਵੀ ਗੁਣਸੂਤਰ ਪਾਇਆ ਜਾ ਸਕਦਾ ਸੋ ਗੁਣਸੂਤਰ ਬਦਲਾ ਦੇ ਜਿਹੜੇ ਬੀਜ ਨੇ ਜਿਨ੍ਹਾਂ ਦੀ ਮਾਲਕੀ ਇਹਨਾਂ ਕੰਪਨੀਆਂ ਦੀ ਹੈ ਜਿਹੜੇ ਖਾਸ ਕਿਸਮ ਦੀਆਂ ਬਿਮਾਰੀਆਂ ਨੂੰ ਪ੍ਰਭਾਵਿਤ ਹੁੰਦੇ ਨੇ ਉਹਦੇ ਨਾਲ ਸਾਡੀ ਪ੍ਰਭੂ ਸਤਾ ਵੀ ਖਤਰੇ ਚ ਪੈਂਦੀ ਹੈ ਮੈਂ ਦੱਸਣਾ ਕਿਵੇਂ ਸਾਡੀ ਜਿਹੜੀ ਫੂਡ ਸਿਕਿਉਰਿਟੀ ਹੈ ਅੰਨ ਸੁਰੱਖਿਆ ਖਾਦ ਸੁਰੱਖਿਆ ਜਿਹੜੀ ਹੈ ਸਾਡੀ ਅੰਨ ਦੀ ਸਮੱਸਿਆ ਉਹ ਵੀ ਖਤਰੇ ਚ ਪੈਂਦੀ ਹੈ ਕਿਵੇਂ ਤੁਸੀਂ ਬੀਜ ਦੇਣ ਤੋਂ ਨਾ ਕਰਤਾ ਤੁਸੀਂ ਬੀਜ ਮਹਿੰਗੇ ਕਰਤੇ ਤੁਸੀਂ ਬੀਜ ਇਹੋ ਜਿਹਾ ਬਣਾਤਾ ਕਹਿ ਤਾਂ ਦਿੱਤਾ ਵੀ ਇਹ ਵਧੀਆ ਬੀਜ ਹੈ ਉਹ ਪ੍ਰੋਡਿਊਸ ਫਸਲ ਘਟ ਕਰਨ ਵਾਲਾ ਹੈ ਅਸਲ 'ਚ ਉਹ ਨਹੀਂ ਚੜ ਦਿੰਦਾ ਹੀ ਨਹੀਂ ਫਿਰ ਕੋ ਤੂੰ ਤਾਂ ਠੀਕ ਨਹੀਂ ਬੀਜਿਆ ਸੀ ਤੂੰ ਤਾਂ ਸ਼ਰਤਾਂ ਠੀਕ ਨਹੀਂ ਸੀਆਂ ਤਾਂ ਨਹੀਂ ਹੋਇਆ ਫਿਰ ਉਹਨੂੰ ਬਿਮਾਰੀ ਪਾ ਦੋ ਉਹਦੇ ਨਾਲ ਕੀ ਹੋਇਆ ਇੱਕ ਤਾਂ ਲੋਕਾਂ ਨੂੰ ਭੋਜਨ ਮਿਲਣਾ ਹੀ ਨਹੀਂ ਜਦ ਭੋਜਨ ਨਹੀਂ ਮਿਲੇਗਾ ਤਾਂ ਅਸੀਂ ਨਿਰਮਲ ਰਹਾਂਗੇ ਜਿਵੇਂ ਪਹਿਲਾਂ 1960 'ਚ ਅਸੀਂ ਇਹਨਾਂ ਦੇ ਹਾਲੇ ਕਰਦੇ ਸੀ ਠੂਠਾ ਵਰਕੇ ਫਿਰਦੇ ਸੀ ਹੁਣ ਫੇਰ ਫਿਰਾਂਗੇ ਇਹ ਸਾਡੀਆਂ ਸਰਕਾਰਾਂ ਤਾਂ ਸੋਚ ਹੀ ਨਹੀਂ ਰਹੀਆਂ ਵੀ ਜੇ ਸਾਨੂੰ ਅਮਰੀਕਾ ਕੋਲੇ ਇੰਗਲੈਂਡ ਕੋਲੇ ਜਾਂ ਰੂਸ ਕੋਲੇ ਜਾ ਕੇ ਚੀਨ ਕੋਲੇ ਜਾ ਕੇ ਅਨਾਜ ਮੰਗਣਾ ਪਊ ਵੀ ਕਿਰਪਾ ਕਰਕੇ ਸਾਨੂੰ ਅਨਾਜ ਦੇ ਦਿਓ ਫਿਰ ਸਾਡੀ ਆਪਦੀ ਆਜ਼ਾਦੀ ਕਿੱਥੋਂ ਰਹਿ ਗਈ ਇੰਨਾ ਵੀ ਤਾਂ ਅੰਗਰੇਜ਼ਾਂ ਹੀ ਆਇਆ ਸੀ ਦੂਜਾ ਜਿਹੜਾ ਹੈਗਾ ਉਹਦੇ ਨਾਲ ਸਾਡੇ ਜਿਹੜੇ ਹੈਗੇ ਸਾਡੀ ਦੇਸ਼ ਦੀ ਪ੍ਰਭੂਸਤਾ ਵੀ ਖਤਮ ਹੋਊਗੀ ਕਿਉਂਕਿ ਜਿਹੜੀ ਸਾਡੀ ਦੇਸ਼ ਦੀ ਪ੍ਰਭੂਸਤਾ ਹੈ ਸਾਨੂੰ ਆਜ਼ਾਦ ਰਹਿਣੀ ਜਦ ਅਸੀਂ ਗੁਲਾਮ ਹੈ ਜਦ ਅਸੀਂ ਹੜੇ ਕੱਢਣ ਲੱਗੇ ਹਰ ਚੀਜ਼ ਦੇ ਵਾਸਤੇ ਫਿਰ ਸਾਡੇ ਦੇ ਕਬਜ਼ਾ ਕਰ ਲੈਣਗੇ ਵੀ ਤਾਂ ਕਮਜ਼ੋਰ ਹੈ ਭਾਈ ਇਹਦੇ ਕੋਲ ਤਾਂ ਹੈ ਨਹੀਂ ਕੁਝ ਫੇਜ਼ਾ ਥੇਜ਼ਾ ਕੋਈ ਉਹਨਾਂ ਦੇ ਹਮਲੇ ਔਖੇ ਨਹੀਂ ਆ ਅੱਜ ਵੀ ਚੀਨ ਸਾਨੂੰ ਅੱਖਾਂ ਦਿਖਾਈ ਜਾਂਦਾ ਰੋਜ਼ ਫਿਰ ਤਾਂ ਬੜੀਆ ਔਖੇ ਦਿਖਾ ਸਕੇਗਾ ਸੋ ਸਾਡੀ ਪ੍ਰਭੂ ਸਤਾ ਵੀ ਖਤਰੇ ਚ ਪਏਗੀ ਇਸ ਤੋਂ ਅੱਗੇ ਜਿਹੜਾ ਵੱਡਾ ਗੱਲ ਹੈ ਸਾਡਾ ਅਰਥਚਾਰਾ ਵੀ ਖਤਰੇ ਚ ਪਏਗਾ ਕਿਉਂਕਿ ਜਦ ਫਸਲ ਮਾਰੀ ਗਈ ਫਸਲ ਦੇ ਵਿੱਚੋਂ ਹੀ ਇੰਡਸਟਰੀ ਚੱਲਣੀ ਹੈ ਫਸਲ ਦੇ ਵਿੱਚੋਂ ਇੰਡਸਟਰੀ ਚੱਲੂ ਤਾਂ ਉਹਦੇ ਨਾਲ ਲੋਕਾਂ ਨੂੰ ਰੁਜ਼ਗਾਰ ਮਿਲੂ ਫਿਰ ਉਹ ਸਮਾਨ ਪੈਦਾ ਹੋਊ ਵਿਕੂਗਾ ਉਹਦੇ ਨਾਲ ਸਰਕਾਰ ਦੇ ਖਜ਼ਾਨੇ 'ਚ ਪੈਸਾ ਆਊਗਾ ਟੈਕਸ ਦਾ ਜੋ ਉਹ ਸਾਰਾ ਕੁਝ ਹੀ ਮਤਲਬ ਚੱਕਰ ਇਹਨੂੰ ਪੂਰੀ ਬੰਦ ਹੋਣਾ ਸ਼ੁਰੂ ਹੋ ਜਾਏਗਾ ਉਹ ਬੰਦ ਹੋਣ ਨਾਲ ਸਾਡਾ ਅਰਥਚਾਰਾ ਇੰਨਾ ਜ਼ਿਆਦਾ ਮਾਰਿਆ ਜਾਏਗਾ ਕਿ ਸਾਨੂੰ ਸੰਸਾਰ ਬੈਂਕ ਕੋਲੇ ਕਰਜ਼ੇ ਵਾਸਤੇ ਜਾਣਾ ਪਊਗਾ ਵੱਡੀਆਂ-ਵੱਡੀਆਂ ਕਾਰਪੋਰੇਸ਼ਨਾਂ ਤੋਂ ਕਰਜ਼ਾ ਲੈਣਾ ਪਏਗਾ ਫਿਰ ਤਾਂ ਅਸੀਂ ਗੁਲਾਮ ਹੋ ਹੀ ਗਏ ਨਾ ਅਸੀਂ ਆਰਥਿਕ ਤੌਰ ਤੇ ਗੁਲਾਮ ਹੋ ਗਏ ਅਸੀਂ ਭੋਜਨ ਦੇ ਤੌਰ ਤੇ ਗੁਲਾਮ ਹੋ ਗਏ ਅਸੀਂ ਸਾਡੀ ਜਿਹੜੀ ਸਭਧਾਨਿਕ ਤੌਰ ਤੇ ਗੁਲਾਮ ਹੋਣਾ ਸ਼ੁਰੂ ਹੋ ਜਾਾਂਗੇ ਇਹ ਜਿਹੜੀ ਸਾਡੀ ਪ੍ਰਭੂ ਸਤਾ ਇਹਨੂੰ ਖਤਰਾ ਵੱਡਾ ਪਏਗਾ ਦੂਜੀ ਗੱਲ ਜਿਹੜੀ ਤੁਸੀਂ ਕਹੀ ਆ ਉਹ ਇਹ ਕਿ ਸਾਡੀ ਸਿਹਤ ਨੂੰ ਬੜਾ ਵੱਡਾ ਕਮਾਲਾ ਹੋਏਗਾ ਇੱਕ ਤਾਂ ਉਹ ਬਾਝ ਬੀਜ ਹੋਣਗੇ ਦੂਜੀ ਗੱਲ ਉਹ ਬੀਜ ਕਿਉਂਕਿ ਉਹਨਾਂ ਨਿਊਟ੍ਰੀਸ਼ਨ ਨਹੀਂ ਦੇਣਗੇ ਜਿਹੜੀ ਆ ਕਣਕ ਹੁਣ ਇਹਨਾਂ ਨੇ ਦਿੱਤੀ ਆ ਇਹਦੇ ਜ਼ਿੰਕ ਘੱਟ ਹੈ ਕਿ ਸਾਡੀ ਪੁਰਾਣੀ ਕਣਕ ਜਿੰਕ ਬਹੁਤ ਹੁੰਦਾ ਸੀ ਸੋ ਇਸ ਕਰਕੇ ਉਹਦੇ ਨਾਲ ਹੁਣ ਜ਼ਿੰਕ ਘੱਟ ਹੋਣ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋਣ ਲੱਗੀਆਂ ਸਰੀਰ 'ਚ ਬਹੁਤ ਸਾਰੇ ਹੁਣ ਅਸੀਂ ਦੇਖਦੇ ਆ ਪੰਜਾਬ ਦੇ ਵਿੱਚ 1 ਲੱਖ ਤਕਰੀਬਨ 10000 ਹੋ ਗਏ ਹੁਣ ਹੈਪੇਟਾਈਟਿਸ ਬੀ ਦੇ ਕੇਸ ਉਹ ਖਾਣਾ ਕਿ ਪਾਣੀ ਰਾਹੀਂ ਤੇ ਟੀਕਾ ਨਹੀਂ ਫੈਲਦੀ ਹੈ ਤੇ ਕਾਲਾ ਪੀਵੀਐ ਜੀ ਨੂੰ ਕਹਿੰਦੇ ਨੇ ਇਦਾਂ ਹੀ ਤਕਰੀਬਨ 80-90000 ਕੇਸ ਜਿਹੜਾ ਹੈ ਉਹ ਕੈਂਸਰ ਦਾ ਹੈ ਹਰ ਸਾਲ ਕੈਂਸਰ ਤੇ ਕਿੰਨੇ ਸੈਂਕੜੇ ਕਰੋੜ ਰੁਪਏ ਸਰਕਾਰ ਲੋਕਾਂ ਨੂੰ ਕੈਂਸਰ ਦੀ ਰਾਹਤ ਦੇ ਰਹੀ ਹੈ ਵੀ ਜੀ ਤੁਹਾਨੂੰ ਜਿਹੜਾ ਇਲਾਜ ਹੈ 1.5 ਲੱਖ ਰੁਪਏ ਇੱਕ ਮਰੀਜ਼ ਨੂੰ ਦੇਣ ਦੀ ਸਕੀਮ ਹੈ ਜਿਹੜੀ ਉਹਦੇ ਤਹਿਤ ਸੋ ਸਾਡਾ ਪੈਸਾ ਖਰਚ ਹੋ ਜਾਂਦਾ ਸਾਨੂੰ ਬਿਮਾਰੀਆਂ ਫੈਲਦੀ ਜਾਂਦੀਆਂ ਨੇ ਸਾਡੇ ਘਰ ਦਾ ਅਰਥਚਾਰਾ ਉਹਦੇ ਨਾਲ ਟੁੱਟਦਾ ਜਦ ਬੰਦਾ ਬਿਮਾਰ ਹੈ ਉਹ ਇਖਿਤਾ ਕੰਮ ਕਰਨੋਂ ਗਿਆ ਇੱਕ ਦੂਜਾ ਉਸਨੂੰ ਦਵਾਈ ਤੇ ਪੈਸੇ ਖਰਚਨੇ ਪਏ ਸੋ ਜੇ ਮੁਲਕ ਦੇ ਤੌਰ ਤੇ ਚਲਵਾਂਗੇ ਸੂਬੇ ਤੌਰ ਤੇ ਫਿਰ ਹੋਰ ਸਾਡਾ ਟੋਟਲ ਖਰਚਾ ਸਾਡੇ ਸੇਧ ਦਾ ਬਜਟ ਹੀ ਜ਼ਿਆਦਾ ਵਧਾਉਣਾ ਪਊਗਾ ਸਾਨੂੰ ਹਸਪਤਾਲ ਹੋਰ ਕੋਲ ਨੇ ਪੈਣਗੇ ਸੋ ਸਾਡਾ ਜਿਹੜਾ ਸਾਰੀ ਜਿਹੜੀ ਤੰਤਰ ਹੈ ਜੀਵ ਹੁੰਦਾ ਜੀਵਦੇ ਰਹਿੰਦਾ ਕੁਦਰਤ ਨਾਲ ਇੱਕ ਸੁਰਤਾ ਹੋ ਕੇ ਇੱਥੇ ਪਸ਼ੂ ਪੰਛੀ ਜੀਵ ਜੰਤੂ ਸਭ ਜਿੰਦੇ ਰਹਿਣਾ ਸੀ ਉਹ ਅਸੀਂ ਜਿੰਦੇ ਰਹਿੰਦਾ ਤੌ ਤਰੀਕਾ ਖਤਮ ਕਰਕੇ ਅਸੀਂ ਮਨੁੱਖ ਨੂੰ ਇੱਕ ਬਨੌਟੀ ਜਿਹਾ ਬਣਾਈ ਜਾ ਰਹੇ ਹਾਂ ਤੇ ਜਦੋਂ ਬਨਰਟੀ ਬਨੇਗਾ ਤੇ ਉਹ ਗੁੱਡਾ ਗੁੱਡੀ ਬਣ ਜਾਣਗੇ ਉਹ ਖਡਾਉਣੇ ਬਣ ਜਾਣਗੇ ਤੇ ਉਹਨਾਂ ਨੂੰ ਜਿਹੜੀ ਵੀ ਚੀਜ਼ ਦੀ ਰੋਲ ਹੋਏਗੀ ਉਹ ਕਾਰਪੋਰੇਟ ਹੀ ਜਾਏਗਾ ਤੇ ਫਿਰ ਕਾਰਪੋਰੇਟ ਹੀ ਉਹਨੂੰ ਨਚਾਏਗਾ ਜਿਵੇਂ ਪੁਤਲੀਆਂ ਦਾ ਖੇਡ ਹੁੰਦਾ ਸੋ ਸਾਨੂੰ ਉਹ ਪੁਤਲੀਆਂ ਬਣਾਇਆ ਜਾ ਰਿਹਾ ਹੈ ਜਿਹਨੂੰ ਕੋਈ ਮਦਾਰੀ ਪਿੱਛੇ ਖਿੱਚ ਕੇ ਡੋਰ ਨਚਾਏਗਾ ਸੋ ਇਹ ਬੀਜ 2019 ਸਾਨੂੰ ਪੁਤਲੀਆਂ ਬਣਾਉਣ ਦਾ ਇੱਕ ਬੜਾ ਵੱਡਾ ਰਸਤਾ ਹੈ ਇਹਨੂੰ ਮੈਂ ਕਿਸਾਨ ਅੰਦੋਲਨ ਨਾਲ ਜੋੜ ਕੇ ਕਹਿਣਾ ਚਾਹਾਂਗਾ ਦੋ ਲਾਈਨਾਂ ਆਖਰ ਚ ਕਿ ਸੰਯੁਕਤ ਕਿਸਾਨ ਮੋਰਚੇ ਨੇ ਤਿੰਨ ਕਾਨੂੰਨ ਤਾਂ ਵਾਪਸ ਕਰਾ ਲੇ ਅਜੇ ਉਹਨਾਂ ਦੀ ਲੜਾਈ ਚੱਲ ਰਹੀ ਹੈ ਕਿ ਸਾਨੂੰ ਸਾਡੀ ਜਿਹੜੀ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦ ਦੀ ਗਾਰੰਟੀ ਕਰੋ ਫਸਲਾਂ ਦੀ 23 ਦੇ ਵਜੇ 36 ਦੀ ਕਰੋ ਇਸ ਤੋਂ ਅੱਗੇ ਉਹਨਾਂ ਦੀ ਲੜਾਈ ਚੱਲ ਰਹੀ ਹੈ ਕਿ ਜਿਹੜੇ ਸ਼ਹੀਦ ਹੋ ਗਏ ਕਿਸਾਨ ਉਹਨਾਂ ਦੇ ਮੁਆਵਜ਼ੇ ਦੇਓ ਉਹਨਾਂ ਨੂੰ ਮੁਰਦੂ ਸੇਵਾ ਕਰੋ ਇਸ ਤੋਂ ਅੱਗੇ ਕਿਸ ਵਾਪਸ ਲਓ ਪਰ ਅਜੇ ਰਾ ਬੀਜ ਬੀਜ ਜਿਹੜਾ ਨਮਾਗਿਆਤਾ ਜਾ ਰਿਹਾ ਹੈ 2019 ਬੀਜ ਜਿਹੜਾ ਪਾਸ ਕਰਦੇ ਨਾ ਇਹਨਾਂ ਨੇ ਉਹ ਬੀਜ ਬਿਲ ਜਿਹੜਾ ਜੁਆਇੰਟ ਪਾਰਲੀਮੈਂਟਰੀ ਕਮੇਟੀ ਕੋਡ ਵੀ ਨਹੀਂ ਭੇਜ ਰਹੇ ਅਜੇ ਤੇ ਉਹ ਬੀਜ ਬਿਲ ਦਾ ਇਹ ਨੁਕਸਾਨ ਹੋਣਾ ਹੈ ਕਿ ਤੁਹਾਡਾ ਮੁੜ ਕੇ ਖੇਤੀ ਦਾ ਫਿਰ ਤੁਹਾਡਾ ਕਵਾੜਾ ਹੋਣਾ ਸ਼ੁਰੂ ਹੋ ਜਾਣਾ ਹੈ ਜੇ ਕਰਨ ਇਧਰੋਂ ਨਹੀਂ ਫੜਿਆ ਤਾਂ ਉੱਤੋਂ ਦੀ ਆ ਕੇ ਫੜ ਲਿਆ ਸੋ ਅਜੇ ਉਹ ਹਮਲਾ ਜਿਹੜਾ ਕਾਰਪੋਰੇਟ ਦਾ ਉਹ ਬੰਦ ਨਹੀਂ ਹੋਇਆ ਸੀ ਪਰ ਪਹਿਲਾਂ ਹੀ ਉਹਨਾਂ ਨੇ ਉਹ ਸੰਯੁਕਤ ਮੋਰਚੇ ਨੂੰ ਤਾਂ ਤੋੜਤਾ ਵੀ ਚਾੜ ਨਾਲ ਚਾਹੇ ਜਿੰਮੇ ਮਰਜੀ ਐਜੰਸੀਆਂ ਨੇ ਕਰਿਆ ਜੋ ਵੀ ਕਰਿਆ ਉਹ ਸੰਯੁਕਤ ਮੋਰਚਾ ਤਾਂ ਟੁੱਟ ਹੀ ਜਾ ਰਿਹਾ ਹੈ ਹੁਣ ਇਸੇ ਹੀ ਉਮੀਦ ਕਰਦੇ ਹਾਂ ਕਿ ਇਹ ਬੀਜ ਬਿਮਰੀ ਵਿਰੋਧ ਕਰਨ ਵਾਸਤੇ ਇਹ ਵੀ ਜਿਵੇਂ ਜ਼ਰੂਰੀ ਵਸਤਾਂ ਦਾ ਕਾਨੂੰਨ ਹਰੇਕ ਦੀ ਰੋਜ਼ੀ ਰੋਟੀ ਖੌਂਦਾ ਸੀ ਹਰੇਕ ਦਾ ਭੋਜਨ ਖੌਂਦਾ ਸੀ ਇਸੇ ਤਰ੍ਹਾਂ ਬੀਜ ਵੀ ਹਰੇਕ ਦਾ ਭੋਜਨ ਹੋਏਗਾ ਭੋਜਨ ਬਹੁਤ ਮਹਿੰਗਾ ਕਰੇਗਾ ਤੇ ਬਿਮਾਰੀਆਂ ਫਲਾਏਗਾ ਸਿਹਤ ਮਾੜੀ ਕਰੇਗਾ ਉਹ ਸਿਹਤ ਵਾਸਤੇ ਵੱਡੇ ਹਸਪਤਾਲਾਂ 'ਚ ਜਾਣਾ ਪਵੇਗਾ ਉਹ ਵੱਡੇ ਹਸਪਤਾਨ ਜਾ ਕੇ ਤੁਹਾਡੇ ਕੋਲ ਇਹਨਾਂ ਖਰਚਾ ਨਹੀਂ ਹੋਣਾ ਜਾਂ ਤੁਸੀਂ ਮੌਤ ਦੇ ਮੂੰਹ ਜਾਓਗੇ ਜਾਂ ਤੁਹਾਡਾ ਕਮਾਊ ਜੀ ਮੰंजे ਤੇ ਤਿਆਰ ਰਹੇਗਾ ਤੁਹਾਡਾ ਅਰਥਚਾਰਾ ਬੰਦ ਹੋਏਗਾ ਤੁਸੀਂ ਮੰਗਤੇ ਬਣੋਗੇ ਜਿਵੇਂ ਜ਼ਰੂਰੀ ਵਸਤਾਂ ਦਾ ਕਾਨੂੰਨ ਖੇਤੀ ਕਾਨੂੰਨ ਕਿੰਨੇ ਤੁਹਾਨੂੰ ਮੰਗਤੇ ਬਣਾਉਨੇ ਸੀ ਤੁਹਾਡਾ ਭੋਜਨ ਖੁੰਹਦੇ ਸੀ ਚਾਹੇ ਤੁਸੀਂ ਸ਼ਹਿਰ ਚੋਂ ਚਾਹੇ ਪਿੰਡ ਚੋਂ ਚਾਹੇ ਤੁਸੀਂ ਵਪਾਰੀਆਂ ਚਾਹੇ ਖੇਤੀ ਕਰਨ ਵਾਲਿਆਂ ਚਾਹੇ ਤੁਸੀਂ ਦੁਕਾਨਦਾਰ ਹੋ ਕੇ ਚਾਹੇ ਤੁਸੀਂ ਕੋਈ ਮਲਾਜਮ ਹੋ ਉਹ ਤੁਹਾਡਾ ਭੋਜਨ ਖੋਹਦਾ ਸੀ ਇਹ ਬੀਜ ਬਿਲ ਮੁੜ ਕੇ ਭੋਜਨ ਖੋਹਣ ਦੀ ਇੱਕ ਤਰੀਕਾ ਹੈ ਉਹਨੂੰ ਬਹੁਤ ਮਹਿੰਗਾ ਕਰਨ ਦਾ ਤਰੀਕਾ ਹੈ ਮਾੜਾ ਭੋਜਨ ਦੇ ਕੇ ਤੁਹਾਡੀ ਸਿਹਤ ਖਰਾਬ ਕਰਨ ਦਾ ਤਰੀਕਾ ਹੈ ਤੇ ਤੁਹਾਡੀ ਸਿਹਤ ਦੇ ਉੱਤੇ ਵੱਧੂ ਖਰਚੇ ਕਰਵਾਉਣ ਦਾ ਤਰੀਕਾ ਹੈ ਇਸ ਤਰੀਕੇ ਨਾਲ ਤੁਹਾਨੂੰ ਗੁਲਾਮ ਬਣਾਏਗਾ ਕਿਸਾਨੀ ਦੀ ਲੜਾਈ ਬੀਜ ਬਿਲ ਦੇ ਉੱਤੇ ਵੱਡੀ ਲੜਾਈ ਬਣਨੀ ਹੈ ਜੇ ਉਹ ਨਹੀਂ ਬਣਾ ਸਕਣਗੇ ਖੇਤੀ ਬਿਨਾਂ ਤੇ ਉਹ ਬਣਾ ਸਕੇ ਨੇ ਸੰਜੁਕਤ ਕਿਸਾਨ ਮੋਰਚਾ ਜੇ ਕਿਤੇ ਇਹ ਲੜਾਈ ਨਾ ਬਣਾ ਸਕਿਆ ਕਿਉਂਕਿ ਮੈਨੂੰ ਉਮੀਦ ਹੈਗੀ ਹੈ ਪਰ ਮੈਨੂੰ ਕਿਤੇ ਕਿਤੇ ਨਿਰਾਸ਼ਾ ਵੀ ਹੋ ਰਹੀ ਹੈ ਵਿਚ ਵਿਚਾਲਾ ਵੀ ਲੱਗਦਾ ਹੈ ਮੈਨੂੰ ਡਰ ਵੀ ਪੈਦਾ ਹੋ ਰਿਹਾ ਹੈ ਕਿਉਂਕਿ ਜਿਹਨੀਆਂ 22 ਜੱਥੇਬੰਦੀਆਂ ਟੁੱਟ ਕੇ ਚੋਣਾ ਦੇ ਰਸਤੇ ਪੈ ਗਈਆਂ ਇਹ ਚੋਣਾ ਦੇ ਰਸਤੇ ਨਾਲ ਤੇ ਵੀ ਜਮਤ ਬੰਦ ਨਹੀਂ ਹੋਣ ਚੋਣਾ ਦਾ ਕਿਸੇ ਕਾਰਪੋਰੇਟ ਨੂੰ ਨਾ ਨਹੀਂ ਕਰਨੀ ਕਿਉਂਕਿ ਬੇਬਤਾ ਇਹ ਅਸੈਂਬਲੀਆ ਪਾਰਲੀਮੈਂਟ ਹੀ ਪਾਸ ਕਰਦੀਆਂ ਨੇ ਸੋ ਇਹ ਉੱਥੇ ਜਾ ਕੇ ਕੀ ਕਰਨਗੇ ਉਹਨਾਂ ਨੂੰ ਤਾਂ ਬਾਮਰੋੜੀ ਕਰਨੀ ਹੈ ਇਹਨਾਂ ਦੀ ਸੋ ਐਜੀਟੇਟਰ ਜਿਹੜਾ ਉਹ ਬਾਮਰੋੜੀ 'ਚ ਨਹੀਂ ਆਉਂਦਾ ਬਾਕੀ ਤਾਂ ਬਾਮਰੋੜੀ ਚਾਹੁੰਦੇ ਨੇ ਲਾਲਚ ਚਾਹਣਗੇ ਸੋ ਇਸ ਕਰਕੇ ਉਹਨਾਂ ਕੁਰਸੀਆਂ ਤੇ ਬੈਠ ਕੇ ਤੁਹਾਡੀਆਂ ਉਹੀਆਂ ਜ਼ਿੰਮੇਵਾਰੀਆਂ ਬਾਧੂ ਬਣਾ ਦਿੰਦੇ ਨੇ ਜਿਹੜੀਆਂ ਤੁਹਾਨੂੰ ਕਾਰਪੋਰੇਟ ਨੇ ਲਾਈਆਂ ਨੇ ਤੁਹਾਡੇ ਕਾਨੂੰਨ ਚ ਤੁਹਾਡੇ ਸਮਝੌਤਿਆਂ ਚ ਉਦੋਂ ਫਿਰ ਤੁਸੀਂ ਭੱਜ ਨਹੀਂ ਸਕਦੇ ਉਹਦੇ ਖੜਾਵਾ ਐਜੀਡੀਏਟ ਵੀ ਨਹੀਂ ਕਰ ਸਕਦੇ ਮੈਨੂੰ ਲੱਗਦਾ ਹੈ ਵੀ ਅਸੀਂ ਉਸ ਜਿਹੜਾ ਜਾਲ ਹੈ ਉਹ ਜਿਹੜੀ ਉਸ ਦੇ ਵਿੱਚ ਅਸੀਂ ਫਸ ਰਹਾਂਗੇ ਤੇ ਉਸ ਦੇ ਵਿੱਚ ਫਸ ਕੇ ਪਰ ਕੀ ਕਰੀਏ ਉਹ ਜਿਵੇਂ ਇਹ ਜਿਹੜੇ ਬੀਜ ਨੇ ਇਹ ਇਹਨਾਂ ਦੀ ਹਾਲਤ ਉਹ ਹੈ ਕਿ ਸਾਡੇ ਨਾਲ ਉਹੀ ਜਿਹਾ ਹਾਲ ਕਰਨਗੇ ਵੀ ਇਹ ਮੋੜ ਮੋੜ ਸੱਤੋ ਦਵਾਈਆਂ ਮੰਗਣਗੇ ਉਹਦੇ ਬਾਰੇ ਕਿਹਾ ਜਲ ਤੇ ਮੀਨ ਪਕੜਿਓ ਫਾਂਕਿਓ ਹਰ ਕਾਟਿਓ ਰਾਂਦ ਕਿਓ ਬੋ ਬਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨਤਿਓ ਪਾਣੀ ਯਾਨੀ ਕਿ ਉਹਨੂੰ ਖਾਣ ਤੋਂ ਬਾਅਦ ਵੀ ਪਾਣੀ ਮੰਗਦੀ ਹੈ ਮੱਛੀ ਪਾਣੀ ਚੋ ਫੜੀ ਹੈ ਕਟ ਕਰਕੇ ਛਿੰਦ ਕੇ ਰਿੰਨਦੀ ਰਿੰਨ ਕੇ ਉਹਨੂੰ ਚਿੱਥ ਕੇ ਖਾ ਲਿਆ ਫਿਰ ਵੀ ਪਾਣੀ ਮੰਗਦੀ ਹੈ ਮੈਂ ਤਾਂ ਖਾਦੀ ਨਹੀਂ ਕਦੇ ਮੱਛੀ ਕਹਿੰਦੇ ਨੇ ਵੀ ਮੱਛੀ ਖਾਦੀ ਤੋਂ ਬਾਅਦ ਪਿਆਸ ਬਹੁਤ ਲੱਗਦੀ ਹੈ ਜਿਨ੍ਹਾਂ ਨੇ ਖਾਦੀ ਉਹਨਾਂ ਨੂੰ ਪਤਾ ਹੋਊਗਾ ਤੇ ਇਸੇ ਤਰ੍ਹਾਂ ਇਹ ਬੀਜ ਹੈ ਜਿਹੜਾ ਇਹ ਬੀਜ ਸਾਡੀ ਸੇਧ ਹੈ ਦਵਾਈਆਂ ਸਾਡੇ ਸਰੀਰ 'ਚ ਜਾ ਕੇ ਵੀ ਮੰਗੇਗਾ ਇਹਨੇ ਫਿਰ ਵੀ ਨਹੀਂ ਛੱਡਣੀਆਂ ਸੋ ਇਸ ਕਰਕੇ ਅਸੀਂ ਜਮੇ ਡੋਬਾਂਗੇ ਹਾਂ ਜੀ ਡਾਕਟਰ ਸਾਹਿਬ ਜਾਂਦੇ ਜਾਂਦੇ ਸਿਰਫ ਦੋ ਲਾਈਨਾਂ ਚ ਤੁਸੀਂ ਐਸਕੇਐਮ ਦਾ ਜ਼ਿਕਰ ਕੀਤਾ ਤੁਸੀਂ ਇੱਕ ਏਜੰਸੀਆਂ ਦਾ ਵੀ ਜ਼ਿਕਰ ਕੀਤਾ ਕਿ ਖੌਰੇ ਕਿਹੜੀ ਤਾਕਤਾਂ ਕਰਕੇ ਐਸਕੇਐਮ ਲੱਗਦਾ ਕਿ ਹੁਣ ਵੰਡੇ ਜਾਊਗਾ ਕਿ ਐਸਕੇਐਮ ਏਜੰਸੀਆਂ ਦੀ ਚਾਲਾਂ ਦੇ ਵਿੱਚ ਫਸ ਚੁਕਿਆ ਨਹੀਂ ਮੈਂ ਇਹ ਨਹੀਂ ਕਹੂੰਗਾ ਵੀ ਪੂਰਾ ਫਸ ਗਿਆ ਪਰ ਕੁਝ ਬੰਦੇ ਤਾਂ ਹੋ ਹੀ ਗਏ ਨਾ ਉਹਨਾਂ ਨੂੰ ਕੋਈ ਚਾਹੇ ਬਾਹਰ ਚ ਦਿੱਤਾ ਚਾਹੇ ਉਹਨਾਂ ਨੂੰ ਧੋਖਾ ਦਿੱਤਾ ਬਈ ਤੁਸੀਂ ਸਭ ਕੁਝ ਕਰ ਸਕਦੇ ਹੋ ਚਾਹੇ ਉਹਨਾਂ ਨੂੰ ਇਹ ਕਿਹਾ ਵੀ ਤੁਹਾਡੇ ਵਰਗਾ ਤਾਂ ਬੰਦਾ ਹੀ ਕੋਈ ਨਹੀਂ ਤੁਸੀਂ ਉਹ ਇਹਨੂੰ ਬਦਲਾ ਸਕਦੇ ਹੋ ਜਦਕਿ ਉਹਨਾਂ ਨੇ ਇਹ ਗੱਲ ਦੇਖਿਆ ਨਹੀਂ ਆਏ ਵੀ ਸਾਤੋਂ ਇਹ ਇਸ ਤਰ੍ਹਾਂ ਦਾ ਬਦਲਾ ਇੰਨਾ ਸੌਖਾ ਨਹੀਂ ਹੈ ਜਿਹੜਾ ਅਸੀਂ ਕਰਨਾ ਚਾਹੁੰਦੇ ਹਾਂ ਸਾਨੂੰ ਤਾਂ ਬਲਕਿ ਜ਼ਿੰਮੇਵਾਰੀ ਪਾ ਰਹੇ ਨੇ ਕਿਉਂਕਿ ਫालतੂ ਦੀ ਜ਼ਿੰਮੇਵਾਰੀ ਕਿਤੇ ਤਾਂ ਕਿਸਾਨ ਹੀ ਨੇ ਆਪ ਦਾ ਸਟਰਗਲ ਲੜਨਾ ਸੀ ਲੋਕਾਂ ਨੂੰ ਇਕੱਠੇ ਕਰਨਾ ਸੀ ਸਰਕਾਰ ਨੂੰ ਕਟਕੜੀ 'ਚ ਖੜਾ ਕਰਨਾ ਸੀ ਹੁਣ ਇਹ ਆਪ ਸਰਕਾਰ ਬਣ ਕੇ ਕਟਕੜੀ 'ਚ ਖੜੇ ਹੋਣਗੇ ਕਿਉਂ ਹੈ ਤਾਂ ਕੁਝ ਹੈ ਨਹੀਂ ਕਹਿੰਦੇ ਪੱਦੇ ਨਾਲ ਢੇਲਾ ਕਰਦੀ ਮੇਲਾ ਮੇਲਾ ਸੋ ਇਸ ਕਰਕੇ ਇਹ ਵਾਕਈ ਏਜੰਸੀਆਂ ਦਾ ਰੋਲ ਹੈਗਾ ਖਾਸ ਕਰਕੇ ਜਿਹੜੀ ਸਰਕਾਰ ਦੇ ਜਿਹਨੀਆਂ ਏਜੰਸੀਆਂ ਨੇ ਵੱਡੇ ਜਿਹੜੇ ਕਾਰਪੋਰੇਟ ਨੇ ਬਿੱਲ ਬਣਵਾਏ ਸੀ ਉਹ ਬਿੱਲ ਵਾਪਸ ਲੈਨੇ ਪਏ ਨੇ ਤੇ ਸਰਕਾਰ ਸਮਝਦੀ ਆ ਵੀ ਸਾਡਾ ਨੱਕ ਕੱਟਿਆ ਗਿਆ ਉਹ ਹੁਣ ਸ਼ਾਂਤੀ ਨਾਲ ਥੋੜਾ ਬੈਠੇਗੀ ਉਹ ਕੁਝ ਨਾ ਕੁਝ ਤਾਂ ਕਰੇਗੀ ਨਾ ਚਾਹੇ ਢੋਕੇ ਕਰੇ ਚਾਹੇ ਧੋਖਾ ਦੇ ਕੇ ਕਰੇ ਤੇ ਸ਼ਾਂ-ਦਾਮ-ਦੰਡ-ਪੇਡ ਉੱਤਨੇ ਸਾਰਾ ਕੁਝ ਬਰਤ ਰਹੇ ਨੇ ਜੀ ਬਿਲਕੁਲ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਗੱਲਬਾਤ ਦੇ ਲਈ ਸ਼ੁਕਰੀਆ ਦੋਸਤੋ ਸਾਡੇ ਨਾਲ ਬਣੇ ਹੋ ਸੀ ਸਿਆਸੀ ਮਾਹਰ ਡਾਕਟਰ ਪੈਰਲਲ ਗਰਗ ਸਾਹਿਬ ਗਰਗ ਸਾਹਿਬ ਨੇ ਬੀਜ ਮਾਲਕੀ ਦੇ ਮਾਮਲੇ ਤੇ ਬੜਾ ਹੀ ਅਹਿਮ ਨੁਕਤੇ ਵਿਚਾਰੇ ਜੋ ਸਾਡੇ ਆਮ ਪਿੰਡਾਂ ਦੇ ਵਿੱਚ ਬਸ ਉਹ ਬਾਸੀ ਕਿਸਾਨ ਨੇ ਉਹਨਾਂ ਦੇ ਲਈ ਸਮਝਣ ਵਾਲੇ ਆਇਆਂ ਨੁਕਤੇ ਨੇ ਕਿ ਅਸਲ ਦੇ ਵਿੱਚ ਖੇਤੀ ਦੀ ਜੜਾਂ ਤੇ ਹਮਲਾ ਕਿਵੇਂ ਕੀਤਾ ਜਾ ਰਿਹਾ ਹੈ ਕਾਰਪੋਰੇਟ ਲਾਣਾ ਕਿਵੇਂ ਖੇਤੀ ਨੂੰ ਹੜੱਪਣ ਦੇ ਲਈ ਫਿਰਦਾ ਹੈ ਗਰਗ ਸਾਹਿਬ ਨੇ ਕੀ ਕਰਕੇ ਸਾਰਾ ਵਖੂਬੀ ਬਿਆਨ ਕੀਤਾ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਰਣਾ ਚੈਨਲ ਪੰਜਾਬੀ ਧੰਨਵਾਦ